ਹੁਣ ਤਾਂ ਖੁਸ਼ ਹੈ, ਹੁਣ ਤਾਂ ਮੈਂ ਨੂੰਹਾਂ ਨਾਲ ਪਿਆਰ ਬਣਾ ਲਿਆ। ਪਰ ਕਿੰਨੇ ਦਿਨ ਬਣਾ ਕੇ ਰੱਖੇਗੀ? ਮੈਨੂੰ ਨਹੀਂ ਲੱਗਦਾ ਤੂੰ 4 ਦਿਨ ਕੱਟੇਂਗੀ ਬੂਹਾਂ ਨਾਲ। ਉਹ ਜਵਾਨ 'ਤੇ ਕੰਟਰੋਲ ਰੱਖਣਾ ਪੈਂਦਾ, ਉਹ ਤਾਂ ਤੂੰ ਰੱਖਿਆ ਨਹੀਂ ਜਾਣਾ। ਇੱਕ ਤਾਂ ਹੈ ਨਾ, ਮੈਨੂੰ ਤੂੰ ਕਿਸੇ ਪਾਸੇ ਟਿਕਣ ਨਾ ਦਈ। ਜੇ ਤਾਂ ਮੈਂ ਪਿਆਰ ਨਾਲ ਬੋਲਦੀ ਹਾਂ ਤਾਂ ਕਹਿੰਦਾ ਤੇਰੇ 'ਤੇ ਜਵਾਨ ਤੋਂ ਕੰਟਰੋਲ ਨਹੀਂ ਹੋਣਾ। ਜੇ ਮੈਂ ਖਿੱਜ ਕੇ ਬੋਲਦੀ ਹਾਂ ਆਖੇ ਤੂੰ ਪਿਆਰ ਨਾਲ ਨਹੀਂ ਬੋਲਦੀ। ਤੇਰੇ ਨਾਲ ਰਹਿੰਦਿਆਂ ਇੰਨੇ ਸਾਲ ਹੋ ਗਏ ਪਰ ਤੂੰ ਮੇਰੇ ਹਿਸਾਬ 'ਚ ਨਹੀਂ ਆਇਆ। ਉਹ ਮੈਨੂੰ ਹਿਸਾਬ 'ਚ ਰੱਖ ਕੇ ਤਾਂ ਕਰਨਾ ਵੀ ਕੀ ਆ, ਐਂ ਤਾਂ ਮੇਰੇ ਹਿਸਾਬ 'ਚ ਤੂੰ ਵੀ ਨਹੀਂ ਆਈ। ਥੋੜ੍ਹੀ ਬੋਲਬਾਣੀ ਸੁਧਾਰ। ਉਹ ਤੂੰ ਕੋਈ ਡੀਸੀ ਨਹੀਂ ਲੱਗੀ ਜਿਹੜੀ ਸਾਰਿਆਂ ਨੂੰ ਭੱਜ ਭੱਜ ਪਈ ਜਾਵੇਂ? ਜਿੱਦਣ ਬਹੂਆਂ ਬੋਲ ਪਈਆਂ ਨਾ ਫਿਰ ਤਾਂ ਚੀਕਾਂ ਮਾਰਨੀਆਂ ਨੇ। ਜਾ ਬਗ ਜਾ ਤਾਸ਼ ਵਾਲਿਆਂ ਕੋਲ, ਇੱਥੇ ਬੈਠੇ ਨੇ ਨਾ, ਤੂੰ ਕੁਛ ਨਾ ਕੁਛ ਬੋਲੀ ਜਾਣਾ। ਉਹ ਮੈਂ ਤਾਂ ਬਗ ਜੂ ਤਾਸ਼ ਵਾਲਿਆਂ ਕੋਲੇ, ਤੂੰ ਬੋਲ ਕੇ ਖਾਈ ਜਾਈ ਛਿੱਤਰ ਬੰਗੋ ਤੋਂ। ਹੈਂ, ਇਸ ਬੰਦੇ ਦੀ ਤਾਂ ਹੱਦ ਹੀ ਹੋਈ ਪਈ ਹੈ, ਕਿਸੇ ਪਾਸੇ ਜੀਣੇ ਹੀ ਨਹੀਂ ਦਿੰਦਾ। ਚੱਲ ਅੰਦਰ ਜਾ ਕੇ ਦੇਖਾਂ ਰਾਣੋ ਤੇ ਚੰਨੋ ਕੀ ਕਰਦੀਆਂ। ਰਾਣੋ ਪੁੱਤ ਕੀ ਕਰਦੀ ਆ? ਕੁਛ ਨਹੀਂ ਮੰਮੀ, ਰਾਣੋ ਦੀਦੀ ਵਾਸਤੇ ਨਾ ਦੁੱਧ ਗਰਮ ਕੀਤਾ ਸੀ ਤੇ ਆਪਣੇ ਲਈ ਚਾਹ ਧਰਤੀ। ਮੈਂ ਕਿਹਾ ਉਹਨਾਂ ਨੇ ਦਵਾਈ ਲੈਣੀ ਹੁੰਦੀ ਆ ਨਾ, ਤੁਸੀਂ ਫੜਾ ਆਓਗੇ ਜਾਂ ਮੈਂ ਫੜਾ ਕੇ ਆਵਾਂ? ਰਾਣੋ ਤੂੰ ਪੁੱਤ ਆਪਣੇ ਕਮਰੇ 'ਚ ਜਾ ਕੇ ਆਰਾਮ ਕਰ, ਚਾਹ ਵੀ ਮੈਂ ਬਣਾ ਦਿੰਦੀ ਹਾਂ ਆ ਦੁੱਧ ਵੀ ਮੈਂ ਫੜਾ ਜਾਂਦੀ ਹਾਂ। ਹੈ ਆ ਲਓ ਫਿਰ ਫੜਾ ਆਓ। ਪਤਾ ਨਹੀਂ ਪੈਰ ਵਾਲੇ ਕਿਉਂ ਸੁੱਜ ਰਹੇ ਨੇ ਅੱਜ ਕੱਲ੍ਹ। ਪੁੱਤ ਇਸ ਹਾਲਤ 'ਚ ਨਾ ਪੈਰ ਪੁਰ ਸੁੱਜ ਹੀ ਜਾਂਦੇ ਹੁੰਦੇ ਆ। ਇਹ ਐਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਲੈ ਦੁੱਧ ਨਾਲ ਦਵਾਈ ਖਾ ਮੇਰੀ ਧੀ। ਮੰਮੀ ਜੀ ਹਲੇ ਤੁਸੀਂ ਦੁੱਧ ਨੂੰ ਰੱਖ ਦਿਉ, ਹਲੇ ਮੇਰਾ ਜੀ ਨਹੀਂ ਕਰ ਰਿਹਾ ਪੀਣ ਨੂੰ। ਓ ਪੁੱਤ ਹੱਥ ਹੁੱਥ ਲੱਗ ਕੇ ਡੁੱਲ ਜੂਗਾ ਦੁੱਧ। ਲੈ ਫੜ ਪਹਿਲਾਂ ਦਵਾਈ ਖਾ ਫਟਾਫਟ, ਆਪਣਾ ਖਿਆਲ ਰੱਖਿਆ ਕਰ ਠੀਕ ਹੈ? ਮੈਂ ਚਾਹ ਤਰੀ ਹੋਈ ਆ ਚੁੱਲ੍ਹੇ 'ਤੇ, ਮੈਂ ਦੇਖ ਲਾਂ ਜਾ ਕੇ। ਹੈਂ ਕੋਈ ਗੱਲ ਨਹੀਂ ਮੰਮੀ ਜੀ, ਪੀ ਲੈਂਦੀ ਹਾਂ। ਇਹ ਤਾਂ ਗਰਮੀ ਬਹੁਤ ਆ, ਹਲੇ ਰੱਖ ਦਿੰਦੀ ਹਾਂ ਮੈਂ, ਠੰਡਾ ਹੋ ਜੂਗਾ ਫਿਰ ਪੀ ਲੈਂਦੀ ਹਾਂ। ਉਹ ਹੁਣ ਜੇ ਤਾਂ ਟਿਕੇ ਰੱਖੀ ਆ ਨਾ, ਉਹਨੂੰ ਰੱਖੀ ਰੱਖੀ ਕਿਤੇ ਫੇਲ ਆ ਜਾਣ ਤੜਫੜ ਕਰਨਾ। ਮੈਂ ਤਾਂ ਰੱਖ ਲਊਂਗੀ ਟਕਿਆਈ, ਪਰ ਮੈਨੂੰ ਲੱਗਦਾ ਤੂੰ ਨਹੀਂ ਰੱਖਣ ਦੇਣੀ। ਬਹੁਤੀਆਂ ਗੱਲਾਂ ਜਿਹੀਆਂ ਨਾ ਬਣਾਇਆ ਕਰ ਮੇਰੇ ਸਿਰਾਣੇ ਬੈਠ ਕੇ, ਮੈਂ ਤੈਨੂੰ ਪਹਿਲਾਂ ਵੀ 20 ਵਾਰੀ ਕਿਹਾ ਸੀ। ਬਾਪੂ ਕੀ ਗੱਲ ਹੋ ਗਈ, ਕਿਵੇਂ ਹੱਸੀ ਖੇਡੀ ਜਾਂਦੇ ਦੋਵੇਂ ਜਾਣੇ? ਤੈਨੂੰ ਇਹ ਹੱਸਣਾ ਖੇਡਣਾ ਲੱਗਦਾ, ਮੈਨੂੰ ਇਹ ਦਿਨ ਰਾਤ ਟਿਕਣ ਨਹੀਂ ਦਿੰਦਾ। ਉਹ ਬੇਬੇ ਉਹ ਬਾਪੂ ਉਹ ਮੈਂ ਤਾਂ ਐਂ ਕਹਿੰਦਾ ਸੀ, ਮੇਰੇ ਤੇ ਚੰਨੋ ਦੇ ਵਿਆਹ ਨੂੰ 5 ਸਾਲ ਹੋ ਗਏ, ਮੈਂ ਕਹਿੰਦਾ ਸੀ ਮੇਰੇ ਵਿਆਹ ਦੀ ਵਰ੍ਹੇਗੰਢ ਅਤੇ ਘਰ 'ਚ ਆਉਣ ਵਾਲੀ ਖੁਸ਼ੀ ਦੀ ਇੱਕ ਛੋਟੀ ਜਿਹੀ ਖੁਸ਼ੀ ਮਨਾ ਲਈਏ। ਹੁਣ ਤਾਂ ਘਰ ਦਾ ਮਾਹੌਲ ਵੀ ਠੀਕ ਆ, ਨਾਲੇ ਮੈਂ ਕਹਿੰਦਾ ਸੀ ਵੀ ਹੋਰ ਰਿਸ਼ਤੇਦਾਰ ਨੂੰ ਬੇਸ਼ੱਕ ਆਪਾਂ ਨਾ ਬੁਲਾਈਏ, ਬਸ ਇਕੱਲੀ ਬੇਅੰਤ ਭੂਆ ਨੂੰ ਬੁਲਾ ਲਈਏ, ਉਹ ਵਿਆਹ 'ਤੇ ਵੀ ਨਹੀਂ ਆਈ ਸੀ, ਨਾਲੇ ਥੋੜ੍ਹੀ ਨਾਰਾਜ਼ ਚੱਲ ਰਹੀ ਅੱਜ ਕੱਲ੍ਹ। ਗੱਲ ਤਾਂ ਤੇਰੀ ਠੀਕ ਆ, ਉਹ ਤੇਰੇ ਦੂਏ ਵਿਆਹ ਕਰਕੇ ਨਾਰਾਜ਼ ਹੋ ਗਈ ਤੀ, ਕਹਿੰਦੀ ਸੋਨੇ ਵਧੀਆ ਨਹੀਂ ਕਰਿਆ, ਤਾਂ ਹੀ ਤਾਂ ਮੁੜ ਕੇ ਆਈ ਨਹੀਂ। ਉਹ ਤਾਂ ਹੀ ਤਾਂ ਕਹਿਣਾ ਬਾਪੂ ਵੀ ਇਸੇ ਬਹਾਨੇ ਗੁੱਸੇ ਗਿੱਲੇ ਦੂਰ ਹੋ ਜਾਣਗੇ, ਨਾਲੇ ਰਿਸ਼ਤੇਦਾਰੀਆਂ ਪਿਆਰ ਨਾਲ ਨਿਭਦੀਆਂ ਨੇ, ਨਾਰਾਜ਼ਗੀਆਂ ਨਾਲ ਨਹੀਂ।
ਨਾ ਮੇਰੀ ਗੱਲ ਸੁਣ ਲਓ, ਜੇ ਤੁਹਾਡੀ ਭੈਣ ਬੇਅੰਤ ਆਊਗੀ ਨਾ ਤਾਂ ਮੇਰੇ ਵੀ ਭਾਈ ਆਉਣਗੇ, ਉਹ ਵੀ ਰਿਸ਼ਤੇਦਾਰ ਨੇ, ਜੱਗੇ ਦੇ ਮਾਮੇ ਨੇ। ਮੰਮੀ ਜੀ, ਜੇ ਮਾਮਾ ਜੀ ਆਉਣੀ ਆਉਣਗੇ ਤਾਂ ਤੁਸੀਂ ਐਂ ਕਰਿਓ, ਮੇਰੇ ਮੰਮੀ ਡੈਡੀ ਅਤੇ ਮੇਰੇ ਭਰਾ ਨੂੰ ਵੀ ਬੁਲਾ ਲਿਓ, ਕੁੜਮ ਨੇ ਉਹ ਵੀ ਤੁਹਾਡੇ। ਨਾ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਈ ਜਾਂਦੇ ਹੋ, ਮੇਰਾ ਪਿਓ ਕਿਸੇ ਗਿਣਤੀ 'ਚ ਨਹੀਂ ਆਉਂਦਾ, ਜੇ ਦੀਦੀ ਦੇ ਮੰਮੀ ਡੈਡੀ ਆਉਣਗੇ ਨਾ ਤਾਂ ਮੇਰਾ ਡੈਡੀ ਵੀ ਆਊਗਾ। ਲੈ ਕਰ ਲੈ ਗੱਲ, ਭਾਈ ਆਪਣੇ ਤਾਂ ਗੱਲ ਕਰੀ ਤੀ ਵੀ ਬੇਅੰਤ ਨਾਰਾਜ਼ ਆ, ਆਜੂਗੀ ਨਾਰਾਜ਼ਗੀ ਦੂਰ ਹੋਜੂਗੀ, ਇਹ ਤਾਂ ਸਾਰਿਆਂ ਨੂੰ ਲੈ ਕੇ ਬਹਿ ਗਏ, ਉਹ ਤੁਹਾਨੂੰ ਤਾਂ ਸਾਰੇ ਰਿਸ਼ਤੇਦਾਰ ਵਾਰਡ ਦੇ ਵਿੱਚ ਹੱਦ ਹੋ ਗਈ ਤੁਹਾਡੇ ਭਾਅ ਦੀ, ਉਹ ਇੰਨਾ ਲੁੰਗ ਲਾਉਣਾ ਇਕੱਠਾ ਕਰਕੇ ਉਹਨਾਂ ਨੂੰ ਰੋਟੀ ਵੀ ਖਵਾ ਦੋਗੇ, ਰੋਟੀ ਤਾਂ ਤੁਹਾਡੇ ਤੋਂ ਆਪਣੇ ਟੱਬਰ ਦੀ ਨਹੀਂ ਪੱਕਦੀ, ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਬੇਇੱਜ਼ਤੀ ਕਰਾਉਣੀ ਆ। ਨਾ ਮੇਰੇ ਭਰਾਵਾਂ ਨੂੰ ਲੌਂਗ ਲਾਉਣਾ ਦੱਸਦਾ, ਉਹ ਤੂੰ ਆਪਣੇ 'ਤੇ ਲਾ ਲਿਆ ਕਰ। ਚਲੋ ਚੁੱਪ ਕਰ ਜਾ ਤੁਸੀਂ, ਮੈਂ ਤਾਂ ਕਹਿੰਦਾ ਇਕੱਲੀ ਬੇਅੰਤ ਭੂਆ ਨੂੰ ਫੋਨ ਕਰ ਦਿੰਦੇ ਹਾਂ, ਬਾਕੀਆਂ ਨੂੰ ਐਂ ਕਰਾਂਗੇ, ਜਦੋਂ ਘਰ 'ਚ ਖੁਸ਼ੀ ਆਈ ਨਾ ਕੋਈ ਨਿੱਕਾ ਲੈਣਾ ਹੋਇਆ ਬਾਕੀਆਂ ਨੂੰ ਫਿਰ ਬੁਲਾ ਲਾਂਗੇ। ਬਾਪੂ ਤੂੰ ਕਰ ਫਿਰ ਭੂਆ ਨੂੰ ਫੋਨ, ਅਜੇ ਐਂ ਨਹੀਂ ਪਤਾ ਉਹ ਫੋਨ 'ਤੇ ਗੱਲ ਕਰੂਗੀ ਕਿ ਨਹੀਂ। ਲੈ ਤੂੰ ਕਰ। ਹਾਂ ਕਰਦਾ ਮੈਂ, ਤੂੰ ਮੈਨੂੰ ਫੋਨ ਫੜਾ। ਆ ਲੈ। ਤੇਰਾ ਤਾਂ ਆਹੀ ਸਿਆਪਾ ਹੁੰਦਾ ਹੈਗਾ ਹੈ, ਆ ਜਦੋਂ ਕਿਤੇ ਜਾਣਾ ਹੋਵੇ ਆ ਇਹਨੂੰ ਪਿਓ ਨੂੰ ਨਾਲ ਖਿੱਚ ਲੂਗਾ, ਵੀ ਮਾੜੀ ਮੋਟੀ ਗੱਡੀ ਗੁੱਡੀ ਲੈ ਲੈ ਇਹਨੂੰ ਵੇਚ ਦੇ ਖਟਾਰੇ ਨੂੰ, ਹੈ ਨਾ ਜਦੋਂ ਇਹਨੇ ਚੱਲਣਾ ਨਹੀਂ ਹੁੰਦਾ ਇਹਨੂੰ ਨਾਲ ਕਿਉਂ ਘੜੀਸਦਾ ਪਿਓ ਨੂੰ। ਨਾਲੇ ਗੱਲ ਸੁਣ ਲੈ, ਮੇਰੀ ਚਾਹੇ 100 ਵਾਰੀ ਬੇਇੱਜ਼ਤੀ ਕਰਦੀ। ਕੀ ਕਿਹਾ? ਬੇਅੰਤ ਜੀ ਮੇਰੇ ਮੋਟਰਸਾਈਕਲ ਨੂੰ ਮੰਦਾ ਨਾ ਬੋਲੀ, ਐਡੀ ਵੀ ਗੱਲ ਨਹੀਂ, ਪਹਿਲੀ ਕਿੱਕ ਸਟਾਰਟ ਹੋ ਜਾਂਦਾ ਦੇਖਿਆ ਨਹੀਂ ਤੈਂ, ਪਹਿਲੀ ਕਿੱਕ ਸਟਾਰਟ ਹੋਇਆ। ਬਈ ਜਿਹੋ ਜਿਹਾ ਤੂੰ ਰੱਦੀ ਉਹੋ ਜਿਹਾ ਤੇਰਾ ਮੋਟਰਸਾਈਕਲ ਰੱਦੀ, ਸੱਚ ਪੁੱਛੇ ਨਾ ਮੇਰੇ ਤਾਂ ਅੱਜ ਤੱਕ ਹਿਸਾਬ 'ਚ ਹੀ ਨਹੀਂ ਆਇਆ ਹੈਗਾ ਤੂੰ, ਆ ਬਹਿ ਗਈ ਤੇਜੋ ਭੈਣ ਦੀ ਬੇੜੀ ਹੈ, ਕਹਿ ਕੇ ਪਟਵਾਰੀ ਆ ਪੀਅਨ ਦਾ ਰਿਸ਼ਤਾ ਕਰਾਤਾ, ਬੇ ਮੈਨੂੰ ਤਾਂ ਅਸਲੀ ਪਟਵਾਰੀ ਦਾ ਰਿਸ਼ਤਾ ਆਉਂਦਾ ਸੀ, ਅਸਲੀ ਪਟਵਾਰੀ ਦਾ। ਕੀਰਤ ਸਿਉਂ ਕਿਹੜਾ ਪਟਵਾਰੀ ਤੋਂ ਘੱਟ ਹੈ, ਜਿੰਨਾ ਚਿਰ ਮੈਂ ਨਾ ਜਾਵਾਂ ਨਾ ਓਨਾ ਚਿਰ ਅਫਸਰ ਕੋਈ ਕੁਰਸੀ 'ਤੇ ਨਹੀਂ ਬਹਿੰਦਾ। ਆਹੋ ਤੂੰ ਜਾ ਕੇ ਕੁਰਸੀਆਂ ਜੋ ਸਾਫ਼ ਕਰਨੀਆਂ ਹੁੰਦੀਆਂ ਉੱਥੇ, ਤਾਂ ਹੀ ਅਫਸਰ ਬੈਠਣਗੇ ਉੱਥੇ, ਲੱਗਿਆ ਪੀਅਨ ਲੋਕਾਂ ਨੂੰ ਕਹੂਗਾ ਆਖੇ ਮੈਂ ਪਟਵਾਰੀ ਦਾ ਸੱਜਾ ਹੱਥ ਹਾਂ, ਲੱਗਦਾ ਤੂੰ ਮੈਨੂੰ ਗੁੱਠਾ ਵੀ ਨਹੀਂ। ਪੀਅਨ ਵੀ ਪਟਵਾਰੀ ਦੇ ਬਰਾਬਰ ਹੁੰਦਾ ਹੈ, ਤੈਨੂੰ ਕੀ ਪਤਾ ਮੂਰਖ ਤੀਵੀਂ ਨੂੰ। ਕੀ ਕਿਹਾ? ਬੇਅੰਤ ਜੀ ਖਸਮਾਂ ਨੂੰ ਖਾ, ਆਪੇ ਆਉਂਦਾ ਰਹੀ, ਮੈਂ ਤਾਂ ਜਾਣੀ ਹੈਗੀ। ਨਹੀਂ ਨਹੀਂ, ਆ ਫੋਨ ਕਿਹਦਾ ਵੱਜ ਪਿਆ ਵੇ, ਫੜਾ ਇੱਧਰ ਅੱਗੇ ਹੋ ਸੁਣ ਲੈਣ ਦੇ। ਹੈਲੋ ਹੈਲੋ, ਹਾਂ ਜੈਮਲ ਵੀਰੇ। ਹਾਂ ਸਤਿ ਸ਼੍ਰੀ ਅਕਾਲ ਬੇਅੰਤ ਭੈਣਾ। ਸਤਿ ਸ਼੍ਰੀ ਅਕਾਲ। ਨਾ ਮੈਨੂੰ ਐਂ ਦੱਸ ਵੀਰੇ, ਜੋ ਤੁਹਾਨੂੰ ਪਤਾ ਹੈਗਾ ਬੇਅੰਤ ਤੁਹਾਡੇ ਨਾਲ ਨਾਰਾਜ਼ ਹੈ, ਫਿਰ ਫੋਨ ਕਿਉਂ ਕੀਤਾ? ਓਏ ਉਹੀ ਨਾਰਾਜ਼ਗੀ ਦੂਰ ਕਰਨ ਲਈ ਤਾਂ ਫੋਨ ਕਰਿਆ ਮੈਂ, ਮੈਂ ਪਰਸੋਂ ਨੂੰ ਕਰਾਂ ਜੀ ਫਿਰ ਤੋਂ। ਜੈਮਲ ਵੀਰੇ ਚੱਲ ਤੂੰ ਫੋਨ ਕਰਤਾ, ਮੇਰੀ ਨਾਰਾਜ਼ਗੀ ਦੂਰ ਹੋਊਗੀ, ਨਾਲੇ ਭੈਣ ਭਰਾਵਾਂ ਦੀ ਕਾਹਲੀ ਨਾਰਾਜ਼ਗੀ। ਹਾਂ ਆ ਜਾਊਂਗੀ ਮੈਂ ਪਰਸੋਂ ਨੂੰ। ਤੀਰਥ ਨੂੰ ਵੀ ਨਾਲੇ ਲਈ? ਆਹੋ ਇਹ ਵੀ ਆਜੂਗਾ। ਚੱਲ ਚੰਗਾ। ਹਾਂ ਵੀਰੇ ਚੰਗਾ, ਸਤਿ ਸ਼੍ਰੀ ਅਕਾਲ। ਹੋ ਗਈਆਂ ਗੱਲਾਂ, ਥੱਲੇ ਉਤਰ ਜਾ ਹੁਣ। ਕੀ ਕਿਹਾ? ਬੇਅੰਤ ਜੀ ਥੱਲੇ ਉਤਰ ਜਾਓ, ਇੱਕ ਵਾਰੀ ਆਪਾਂ ਚੈੱਕ ਕਰ ਲਈਏ, ਹੋਰ ਉਤਰ ਜਾਓ ਮਾੜਾ ਜਿਹਾ, ਬਾਹਲੀ ਸਿਆਣੀ ਆ ਬੇਅੰਤ। ਓਹ ਇਹ ਤਾਂ ਸੈਲਫ ਸਟਾਰਟ ਆ, ਮੈਨੂੰ ਪਤਾ ਹੀ ਨਹੀਂ ਸੀ। ਬੇ ਬਹਿ ਜਣਿਆ ਤੇਰਾ ਬੇੜਾ ਬਹਿ ਜੇ ਇਹ ਜੇ ਦਾ, ਅੱਧੇ ਰਾਹ ਮੈਨੂੰ ਧੁੱਪੇ ਧੁੱਪੇ ਤੋਰ ਕੇ ਲੈ ਆਏਗਾ, ਹੈਂ ਲੱਤਾਂ ਦੁਖਣ ਲਾ ਦੀਆਂ ਮੇਰੀਆਂ, ਨਾ ਤੈਨੂੰ ਨੀ ਪਤਾ ਦੀ ਇਹ ਸੈਲਫ ਸਟਾਰਟ ਹੈਗਾ, ਮਰ ਜਣਿਆ। ਬੇਅੰਤ ਜੀ ਪਤਾ ਤਾਂ ਹੈਗਾ ਸੀ, ਬਸ ਵੀ ਦਿਮਾਗ ਚੋਂ ਨਿਕਲ ਗਿਆ। ਬਹਿ ਜਾਓ ਤੁਸੀਂ।
ਦਿਮਾਗ ਵੀ ਦਿਮਾਗ ਵਾਲਿਆਂ ਕੋਲ ਹੀ ਹੁੰਦਾ ਹੈਗਾ। ਗੁੱਸਾ ਨਾ ਕਰਿਆ ਕਰ, ਚੱਲ ਚੱਲੀਏ ਚੱਲ। ਮੈਰਿਜ ਐਨੀਵਰਸਰੀ ਸੈਲੀਬ੍ਰੇਟ ਹੋਊਗੀ ਹੁਣ, ਤੁਸੀਂ ਕੀ ਲੈ ਕੇ ਦਿਓਗੇ ਮੈਨੂੰ ਮੈਰਿਜ ਐਨੀਵਰਸਰੀ ਤੇ? ਉਹ ਜੋ ਮਰਜ਼ੀ ਲੈ ਲਈ, ਜੋ ਤੇਰਾ ਦਿਲ ਕਰਦਾ, ਨਾਲੇ ਮੈਰਿਜ ਐਨੀਵਰਸਰੀ ਮੇਰੀ ਤੇ ਚੰਨੋ ਦੀ ਹੈ। ਅੱਛਾ, ਚੰਨੋ ਕੁਛ ਜ਼ਿਆਦਾ ਚੰਗੀ ਨਹੀਂ ਲੱਗਦੀ ਤੁਹਾਨੂੰ? ਮੈਂ ਤੁਹਾਡੀ ਕੁਛ ਨਹੀਂ ਲੱਗਦੀ ਯਾਰ, ਤੁਹਾਡੀ ਤੀਵੀਆਂ 'ਚ ਬਸ ਆਹੀ ਘਾਟ ਆ, ਤੁਸੀਂ ਅੰਦਰੋਂ ਅੰਦਰ ਇੱਕ ਦੂਜੇ 'ਤੇ ਸੜਦੀਆਂ ਰਹਿੰਦੇ ਹੋ। ਮੇਰਾ ਮਤਲਬ ਉਹ ਨਹੀਂ, ਮੇਰਾ ਮਤਲਬ ਇਹ ਆ ਵੀ ਜਦੋਂ ਆਪਣੀ ਮੈਰਿਜ ਐਨੀਵਰਸਰੀ ਹੋਈ ਨਾ, ਉਦੋਂ ਜੋ ਮਰਜ਼ੀ ਲੈ ਲਈ। ਇੱਕ ਗੱਲ ਕਹਾਂ, ਤੁਸੀਂ ਜ਼ਿਆਦਾ ਮੋਹ ਨਾ ਚੰਨੋ ਦੀਦੀ ਦਾ ਕਰਦੇ ਹੋ, ਉਹਦਾ ਵੱਧ ਕਰਦੇ ਹੋ ਅਤੇ ਮੇਰਾ ਘੱਟ ਕਰਦੇ ਹੋ। ਕੀ ਗੱਲ, ਮੈਂ ਤੁਹਾਨੂੰ ਸੋਹਣੀ ਨਹੀਂ ਲੱਗਦੀ? ਹੈ ਕਮਲੀ ਨਾ ਹੋਵੇ, ਕੌਣ ਕਹਿੰਦਾ ਤੂੰ ਸੋਹਣੀ ਨਹੀਂ ਹੈਗੀ? ਉਹ ਜਿੰਨੀ ਸੋਹਣੀ ਚੰਨੋ ਆ ਉਨੀ ਸੋਹਣੀ ਤੂੰ ਆ, ਨਾਲੇ ਬੰਦਾ ਸੋਹਣਾ ਸ਼ਕਲ ਸੂਰਤ ਤੋਂ ਨਹੀਂ ਹੋਣਾ ਚਾਹੀਦਾ, ਸੋਹਣਾ ਉਹ ਹੁੰਦਾ ਜਿਹੜਾ ਦਿਲ ਤੋਂ ਸੋਹਣਾ ਹੋਵੇ, ਜਿਹਦੇ ਦਿਲ 'ਚ ਕੋਈ ਛਲ ਕਪਟ ਨਾ ਹੋਵੇ, ਜਿਹਦੇ ਦਿਲ 'ਚ ਕੋਈ ਈਰਖਾ ਨਾ ਹੋਵੇ ਤੇ ਨਾ ਹੀ ਕੋਈ ਲਾਗਡਾਟ ਹੋਵੇ, ਉਹ ਹੁੰਦਾ ਸਭ ਤੋਂ ਸੋਹਣਾ। ਲੈ, ਜਦੋਂ ਅਗਲਾ ਈਰਖਾ ਕਰੀ ਜਾਵੇ ਫਿਰ ਮੈਂ ਹੁਣ ਕੀ ਕਰਾਂ? ਮੈਂ ਤਾਂ ਅੱਜ ਵੀ ਚੰਨੋ ਦੀਦੀ ਨੂੰ ਵੱਡੀ ਭੈਣ ਮੰਨਦੀ ਹਾਂ, ਘਰ ਵਾਲੇ ਤਾਂ ਤੁਸੀਂ ਮੇਰੇ ਵੀ ਹੋ, ਫਿਰ ਉਹ ਇਹਨਾਂ ਦੁੱਗਣਾ ਹੱਕ ਕਿਉਂ ਜਤਾਉਂਦੀ ਆ? ਰਾਣੋ, ਚੰਨੋ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਹੈ, ਮੈਨੂੰ ਪਤਾ ਤੇਰੇ ਦਿਮਾਗ 'ਚ ਪੁੱਠੀਆਂ ਸਿੱਧੀਆਂ ਗੱਲਾਂ ਕਿਹਨੇ ਪਾਈਆਂ। ਮੇਰੀ ਗੱਲ ਸੁਣ, ਕਿਸੇ ਦੇ ਕਹੇ ਕਹਾਏ 'ਤੇ ਯਕੀਨ ਨਹੀਂ ਕਰੀਦਾ, ਨਾਲੇ ਆ ਛੋਟੀਆਂ ਛੋਟੀਆਂ ਗੱਲਾਂ ਨਾਲ ਨਾ ਵੱਡੇ ਵੱਡੇ ਫਰਕ ਪੈ ਜਾਂਦੇ ਨੇ, ਇਸ ਲਈ ਤੂੰ ਕਿਸੇ ਦੀ ਗੱਲ 'ਚ ਨਾ ਆਇਆ ਕਰ। ਮੈਂ ਤਾਂ ਕੋਈ ਨਹੀਂ ਪਵਾਉਂਦੀ ਫਰਕ, ਇਸ ਘਰ 'ਚ ਹੋਰ ਬਥੇਰੇ ਜੀ ਨੇ ਜਿਹੜੇ ਚਾਹੁੰਦੇ ਨੇ ਵੀ ਇਸ ਘਰ ਦੇ ਜੀਆਂ 'ਚ ਫਰਕ ਪਿਆ ਹੀ ਰਹੇ। ਕਿਵੇਂ ਸਮਝਾਵਾਂ, ਮੈਨੂੰ ਲੱਗਦਾ ਰਾਣੋ ਬੇਬੇ ਦੀ ਚੁੱਕ 'ਚ ਆਈ ਹੋਈ ਹੈ, ਊਂ ਤਾਂ ਇਹੋ ਜਿਹੀਆਂ ਗੱਲਾਂ ਕਰਦੀ ਨੇ ਇਹ। ਆ ਯਾਰ, ਬੇਬਿਆਂ ਨੂੰ ਵੀ ਪਤਾ ਨਹੀਂ ਕੀ ਮਿਲਦਾ, ਕਦੇ ਚੰਨੋ ਦੇ ਹੱਕ 'ਚ ਕਦੇ ਰਾਣੋ ਦੇ ਹੱਕ 'ਚ, ਸਮਝ ਨਹੀਂ ਆਉਂਦੇ। ਹੈ ਤਾਂ ਉਹ ਇਸੇ ਘਰ ਦੀਆਂ ਨੂੰਹਾਂ ਨੇ, ਵੀ ਤੂੰ ਕਿਉਂ ਫਰਕ ਪਵਾਉਣੀ ਹੈ? ਚੱਲ ਕੋਈ ਨਾ, ਕਰਦਾ ਚੰਨੋ ਨਾਲ ਗੱਲ। ਦੇਖੀ ਜੀ, ਆਪਣੀ ਸਾਲਗਿਰਾ ਨੂੰ ਨਾ ਇੱਕ ਦਿਨ ਰਹਿ ਗਿਆ, ਹਲੇ ਆਪਾਂ ਖਰੀਦਦਾਰੀ ਵੀ ਕਰਨੀ ਆ, ਸ਼ਹਿਰ ਵੀ ਜਾਣਾ, ਸੋ ਕਦੋਂ ਜਾਵਾਂਗੇ? ਚੰਨੋ, ਤੇਰੇ ਵਾਸਤੇ ਸ਼ਹਿਰ ਜਾਣਾ ਠੀਕ ਨਹੀਂ, ਤੂੰ ਮੈਨੂੰ ਐਂ ਦੱਸ ਦੇ, ਮੈਂ ਹੀ ਤੈਨੂੰ ਲਿਆ ਦੇਣਾ। ਕੀ ਲਿਆਉਣਾ? ਤੁਹਾਨੂੰ ਬੜਾ ਪਤਾ ਜਨਾਨੀਆਂ ਦੇ ਸਮਾਨ ਦਾ, ਬਹੁਤ ਕੁਛ ਲੈਣਾ ਮੈਂ, ਕੁਛ ਨਹੀਂ ਹੁੰਦਾ ਨਾ ਜੇ, ਤੁਸੀਂ ਚੱਲੋ ਸ਼ਹਿਰ, ਨਾਲੇ ਤੁਸੀਂ ਮੇਰੇ ਨਾਲ ਤਾਂ ਹੋਵੋਗੇ, ਫਿਰ ਕਦੋਂ ਡਰ ਮੈਨੂੰ? ਉਹ ਯਾਰ, ਫਿਰ ਵੀ ਜੇ ਕਿਤੇ ਉੱਚੀ ਨੀਵੀਂ ਪੈਰ ਤਾਂ ਰਹਿ ਗਿਆ ਨਾ, ਹੋਰ ਸਿਆਪਾ ਛੇੜੇਂਗੇ ਮੇਰੀ ਜਾਨ ਨੂੰ। ਤੈਨੂੰ ਪਤਾ ਤਾਂ ਹੈਗਾ ਪਹਿਲੀ ਬੜੀ ਮੁਸ਼ਕਲ ਨਾਲ ਕੰਮ ਲੋਟ ਆਇਆ। ਬਹਾਨੇ ਨਾ ਬਣਾਓ ਮੇਰੇ ਅੱਗੇ, ਰਾਣਾ ਨੂੰ ਤਾਂ ਬੜੀ ਛੇਤੀ ਲੈ ਗਏ ਸੀ ਸ਼ਹਿਰ, ਮੇਰੇ ਬਾਰੇ ਹੁਣ ਤੁਸੀਂ ਇੱਦਾਂ ਕਰਨ ਲੱਗ ਗਏ, ਸਭ ਪਤਾ ਮੈਨੂੰ, ਅੱਜ ਕੱਲ੍ਹ ਉਹਦੀਆਂ ਡਿਮਾਂਡਾਂ ਹੀ ਪੂਰੀਆਂ ਹੋ ਰਹੀਆਂ ਨੇ ਅਤੇ ਮੈਨੂੰ ਤੁਸੀਂ ਬਹਾਨੇ ਲਾਉਂਦੇ ਹੋ, ਜੇ ਚੱਲਣਾ ਤਾਂ ਦੱਸ ਦਿਓ, ਨਹੀਂ ਚੱਲਣਾ ਤਾਂ ਮੈਂ ਇਕੱਲੀ ਚਲੀ ਜਾਊਂਗੀ, ਮੈਨੂੰ ਕਿਹੜਾ ਸ਼ਹਿਰ ਦਾ ਰਾਹ ਨਹੀਂ ਪਤਾ। ਉਹ ਯਾਰ, ਮੈਂ ਕਦੋਂ ਜਵਾਬ ਦਿੱਤਾ ਤੈਨੂੰ, ਚੱਲੇ ਚੱਲਾਂਗੇ ਆਪਾਂ, ਲਿਆਈ ਜੋ ਲਿਆਉਣਾ ਤੂੰ, ਬਸ ਤੂੰ ਕਲੇਸ਼ ਨਾ ਕਰ, ਮਸਾਂ ਮਸਾਂ ਦਾ ਘਰ ਦਾ ਮਾਹੌਲ ਸਹੀ ਹੋਇਆ। ਅੱਛਾ, ਜਿਹੜੇ ਕਲੇਸ਼ ਕਰਦੇ ਨੇ ਉਹਨਾਂ ਨੂੰ ਕੋਈ ਕੁਛ ਨਹੀਂ ਬੋਲਦਾ, ਜਿਹੜੇ ਮੇਰੇ ਵਰਗੇ ਬੋਲਦੇ ਨਹੀਂ ਹੈਗੇ ਉਹਨਾਂ ਨੂੰ ਐਡੇ ਐਡੇ ਲੈਕਚਰ ਦਿੰਦੇ ਹੋ ਤੁਸੀਂ, ਰਹਿਣ ਦਿਓ ਤੁਸੀਂ ਸ਼ਹਿਰ ਜਾਣ ਨੂੰ, ਮੈਂ ਤਾਂ ਜਾਂਦੀ ਨਹੀਂ ਹੈਗੀ। ਚੰਨੋ, ਗੱਲ ਤਾਂ ਸੁਣ, ਤੁਸੀਂ ਤਾਂ ਚੰਗੇ ਭਲੇ ਮੁੜਦੀ ਐਸੀ ਤੈਸੀ ਕਰਕੇ ਰੱਖਤੀ ਮੇਰੀ,
ਜਾਓ ਤੁਸੀਂ ਉਹਦੇ ਨਾਲ ਹੀ ਵਗ ਜਾਓ ਬਸ। ਉਹ ਚੰਨੂ ਤੂੰ ਐਡੀ ਸਿਆਣੀ ਤੇ ਸਮਝਦਾਰ ਫਿਰ ਆ ਬੇਵਕੂਫ ਵਾਲੀਆਂ ਗੱਲਾਂ ਕਿਉਂ ਕਰਦੀ ਆ? ਉਹ ਰਾਣੋ ਤੈਨੂੰ ਵੱਡੀ ਭੈਣ ਸਮਝਦੀ ਆ ਤੇ ਤੂੰ ਉਹਦੇ ਬਾਰੇ ਆਹ ਕੁਛ ਸੋਚਦੀ ਆ। ਵੱਡੀ ਭੈਣ ਸਮਝਣ ਨਾਲ ਕੁਛ ਨਹੀਂ ਹੁੰਦਾ, ਉਹ ਤੇ ਅਮਲ ਵੀ ਕਰਨਾ ਪੈਂਦਾ। ਮੂੰਹ ਤੇ ਦੀਦੀ ਦੀਦੀ ਤੇ ਪਿੱਠ ਪਿੱਛੇ ਕੁਛ ਹੋਰ। ਜੇ ਵੱਡੀ ਭੈਣ ਮੰਨਦੀ ਨਾ ਤਾਂ ਮੇਰੇ ਬਾਰੇ ਕੁਛ ਨਾ ਕੁਛ ਸੋਚਦੀ ਉਹ। ਚੰਨੋ ਤੇਰੇ ਤੇ ਰਾਣੋ ਦੇ ਦਿਮਾਗ 'ਚ ਨਫ਼ਰਤ ਹੈ ਨਹੀਂ ਸੀ, ਇਹ ਨਫ਼ਰਤ ਭਰੀ ਗਈ ਹੈ। ਇੱਕ ਦੂਜੇ ਦੇ ਪ੍ਰਤੀ ਜ਼ਹਿਰ ਘੋਲਿਆ ਗਿਆ ਵੀ ਤੁਸੀਂ ਕਿਤੇ ਇਕੱਠੀਆਂ ਨਾ ਰਹੋ। ਅਤੇ ਮੈਨੂੰ ਇਹ ਸਭ ਪਤਾ ਵੀ ਕਿਹਨੇ ਕੀਤਾ। ਕੋਈ ਨਾ, ਟਾਈਮ ਆਉਣ ਦੇ, ਸਭ ਦੇ ਸਾਹਮਣੇ ਖੁਲਾਸੇ ਕਰੋ, ਫਿਰ ਪਤਾ ਲੱਗੂ ਵੀ ਤੁਹਾਡੇ ਪਿੱਛੇ ਕਿਹਦਾ ਦਿਮਾਗ ਚੱਲਦਾ। ਚੱਲ ਹੋ ਜਾ ਤਿਆਰ, ਫਿਰ ਚੱਲੀਏ ਸ਼ਹਿਰ। ਮੇਰੀ ਗੱਲ ਸੁਣੋ, ਬੇਅੰਤ ਆ ਰਹੀ ਆ, ਉਹਨੂੰ ਦੇਣਾ ਕੀ ਹੈ? ਸੋਚਿਆ ਕੁਛ? ਉਹ ਦੇ ਦਾਂਗੇ, ਪਹਿਲਾਂ ਆਤਾ ਲੈਣ ਦੇ ਉਹਨੂੰ। ਉਹ ਹੁਣ ਜਦ ਆਊਗੀ ਫਿਰ ਖਾਲੀ ਹੱਥ ਥੋੜ੍ਹੀ ਮੋੜਾਂਗੇ ਉਹਨੂੰ, ਫਿਰ ਵੀ ਧੀ ਹੈ ਇਸ ਘਰ ਦੀ। ਹੈ ਉਹ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੀ ਧੀਆਂ ਨੂੰ ਦੇ ਤੋਂ ਕੁਛ ਘੱਟਦਾ ਨਹੀਂ ਹੁੰਦਾ, ਸਗੋਂ ਵੱਧ ਹੀ ਹੁੰਦਾ। ਉਹ ਮੈਂ ਤਾਂ ਐਂ ਕਹਿੰਦਾ ਹੁਣ ਜਦ ਆਊਗੀ ਨਾ ਉਹ ਕੱਪੜੇ ਤਾਂ ਦੇਣੇ ਹੀ ਆ, ਨਾਲ ਕੋਈ ਟੁੰਮ ਟਾਕੀ ਪਾ ਦਾਂਗੇ। ਮੇਰੀ ਗੱਲ ਸੁਣੋ, ਆ ਟੁੰਬ ਛੱਲਾ ਤਾਂ ਰਹਿਣ ਦਿਓ, ਜਦੋਂ ਜਵਾਕ ਹੋਏ ਤੇ ਨਾ ਧਮਾਣ ਕਰਾਂਗੇ, ਉਦੋਂ ਧੀ ਦਾ ਮਾਣ ਤਾਣ ਕਰ ਦੇਵਾਂਗੇ। ਹਜੇ ਕੋਈ ਲੋੜ ਨਹੀਂ, ਹੁਣ ਤਾਂ ਮਾੜੇ ਮੋਟੇ ਕੱਪੜੇ ਦੇ ਦਿੰਦੇ ਹਾਂ ਅਤੇ ਉੱਪਰ ਨਗਦ ਨਾਮਾ ਕੁਛ ਰੱਖ ਦੇਵਾਂਗੇ, ਆਪੇ ਜੋ ਲੈਣਾ ਹੋਊਗਾ ਲੈ ਲਊਗੀ। ਉਹ ਇਹ ਵੀ ਗੱਲ ਤੇਰੀ ਸਿਆਣੀ ਆ, ਫਿਰ ਐਂ ਕਰਿਓ ਕੱਪੜਾ ਲੀੜਾ ਦਾ ਘਰਾਂ ਪਿਆ ਹੀ ਹੋਣਾ, ਉਹਦੇ ਪਰ 10,000 ਰੁਪਇਆ ਰੱਖ ਦਿਓ। 10,000? ਕੀ ਕਹੀ ਜਾਂਦਾ ਤੂੰ, 1,000-2,000 ਦੀ ਗੱਲ ਕਰ, 10,000 ਦੇਣਾ ਉੱਥੇ? ਉਹ ਕੁਛ ਨਹੀਂ ਹੁੰਦਾ, ਉਹਨੇ ਕਿਹੜਾ ਰੋਜ਼ ਆਉਣਾ। ਆ ਸਾਂਭ ਲਾ ਪੈਸੇ, ਮੈਂ ਮਾੜਾ ਜਿਹਾ ਕੰਮ ਜਾਇਆ ਵਾਂ, ਆਪੇ ਦੇਖ ਕੇ ਰੱਖ ਦੀ ਜਿਵੇਂ ਤੈਨੂੰ ਠੀਕ ਲੱਗੂਗਾ। ਦੇਖ ਤਾਂ ਸਹੀ, ਆ ਭੈਣ ਵਾਸਤੇ ਜਿੱਦਾਂ 10,000 ਰੁਪਇਆ ਕਢਾ ਕੇ ਸਪੈਸ਼ਲ ਉਹਦੇ ਲਈ ਲਿਆਂਦਾ, ਜੇ ਕਿਤੇ ਇਹੀ ਮੇਰੇ ਭੈਣ ਭਾਈਆਂ ਨੂੰ ਦੇਣਾ ਪੈ ਜਾਂਦਾ, ਜਾਂ ਮੈਂ ਕਹਿ ਦਿੰਦੀ ਵੀ ਮੇਰੇ ਭੈਣ ਭਾਈ ਨੇ ਆਉਣਾ, ਉਹਨਾਂ ਤੇ 5,000-7,000 ਰੁਪਇਆ ਰੱਖਣਾ ਕੱਪੜਿਆਂ ਤੇ, ਮਜਾਲ ਹੈ ਕਿਤੇ ਹਾਂ ਕਰ ਜਾਂਦਾ। ਫਿਰ ਕਹਿੰਦਾ ਫਰਕ ਕਰਦੀ ਹੈ ਨਾ, ਫਰਕ ਨਾ ਕਰਾਂ ਤਾਂ ਹੋਰ ਕੀ ਕਰਾਂ, ਮੇਰੇ ਭਰਾਵਾਂ ਲਈ ਤਾਂ ਕਦੀ 500 ਨਹੀਂ ਸਰਿਆ, ਹੁਣ ਮਿੰਟਾਂ 'ਚ 10,000 ਰੁਪਇਆ ਕੱਢ ਕੇ ਫੜਾ ਦਿੱਤਾ। ਕੋਈ ਗੱਲ ਨਹੀਂ, ਆਲਨ ਦੇ ਬੇਅੰਤ ਨੂੰ ਮੈਂ ਵੀ ਨਹੀਂ ਪੂਰੇ ਦਿੰਦੀ। ਕੋਈ ਗੱਲ ਨਹੀਂ ਭਾਬੀ, ਸਿੰਘ ਤਾਂ ਮੈਂ ਦੋਹਾਂ ਦੇ ਇਹੋ ਜਿਹਾ ਪਸਾ ਕੇ ਰੱਖੂੰਗੀ ਨਾ, ਸਾਰੀ ਉਮਰ ਯਾਦ ਰੱਖਣਗੇ। ਜੇ ਇਹਨਾਂ ਦੋਹਾਂ ਦਾ ਏਕਾ ਹੋ ਗਿਆ, ਇਹਨਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਦੇਣਾ, ਅਤੇ ਏਕਾ ਇਹਨਾਂ ਦੋਹਾਂ ਦਾ ਮੈਂ ਕਦੀ ਹੋਣ ਨਹੀਂ ਦੇਣਾ। ਬਸ ਬਸ ਭਾਬੀ, ਮੈਨੂੰ ਲੱਗਦਾ ਜੱਗੇ ਦਾ ਭਾਪਾ ਬਾਹਰ ਆਉਂਦਾ, ਤੂੰ ਹੋਲਡ ਕਰ, ਮੈਂ ਬਾਹਰ ਜਾ ਕੇ ਗੱਲ ਕਰੂੰਗੀ। ਮੰਮੀ ਜੀ,
ਸਿੰਘ ਤਾਂ ਹੁਣ ਤੁਹਾਡੇ ਫਸਣਗੇ। ਉਹ ਵੀ ਇਹੋ ਜਿਹੀ ਜਗ੍ਹਾ ਤੇ ਫਸਣਗੇ ਜਿੱਥੋਂ ਤੁਸੀਂ ਖੇੜਾ ਹੀ ਨਾ ਛੁਡਾ ਸਕੋ। ਮੈਂ ਕਹਿੰਦੀ ਸੀ ਨਾ ਵੀ ਮੈਂ ਆਪਣੇ ਭਰਾ ਭਰਜਾਈ ਨੂੰ ਵੀ ਕਹਿ ਦੇਵਾਂ, ਦੇਖੀ ਉਹਨਾਂ ਨੇ ਕਿਹੜਾ ਵਿਚਾਰਿਆਂ ਨੇ ਬੈਠੇ ਰਹਿਣਾ, ਆਥਣੇ ਚਲੇ ਜਾਣਗੇ। ਉਹ ਬੁਲਾਉਣ ਵਾਲੇ ਤਾਂ ਕੋਈ ਗੱਲ ਹੈ ਜੀ, ਨਾਲੇ ਜੇ ਉਹਨਾਂ ਨੂੰ ਬੁਲਾਵਾਂਗੇ ਫਿਰ ਬਾਕੀ ਨਹੀਂ ਇਤਰਾਜ਼ ਕਰਨਗੇ, ਫਿਰ ਉਹ ਨਾਰਾਜ਼ ਹੋ ਜਾਣਗੇ। ਉਹਨਾਂ ਨੂੰ ਬੁਲਾ ਲਿਆ, ਸਾਨੂੰ ਬੁਲਾਇਆ ਹੀ ਨਹੀਂ। ਮੇਰੀ ਗੱਲ ਸੁਣ, ਜਦ ਰੱਬ ਨੇ ਸੁਣ ਲਈ ਨਾ ਸੁੱਖ ਸੰਦ ਨਾਲ ਜਵਾਕ ਹੋ ਗਿਆ, ਫਿਰ ਸਾਰਿਆਂ ਨੂੰ ਬੁਲਾ ਲਾਂਗੇ। ਅੱਛਾ ਚੱਲ ਠੀਕ ਹੈ ਭਾਬੀ, ਕੋਈ ਗੱਲ ਨਹੀਂ, ਐਤਕੀ ਤੁਸੀਂ ਰਹਿਣ ਦਿਓ। ਕਸ਼ਮੀਰੇ ਨੂੰ ਦੱਸ ਦੇ ਵੀ ਉਹਨਾਂ ਦੇ ਜੀਜੇ ਨੇ ਮਨਾ ਕਰ ਦਿੱਤਾ, ਦਰਸ਼ਨ ਹੁਣਾਂ ਨੂੰ ਵੀ ਦੱਸ ਦਿਓ। ਜਦੋਂ ਕੋਈ ਜਵਾਕ ਜੱਲਾ ਹੋਊਗਾ ਉਦੋਂ ਪ੍ਰੋਗਰਾਮ ਕਰਾਂਗੇ, ਉਦੋਂ ਆ ਜਿਓ। ਚੱਲ ਠੀਕ ਆ ਭਾਬੀ, ਚੰਗਾ ਮੈਂ ਫੇਰ ਕਰੂੰਗੀ ਗੱਲ। ਤੂੰ ਇਹ ਗੱਲਾਂ ਛੱਡ ਔਰ ਮੇਰੀ ਗੱਲ ਗੌਰ ਨਾਲ ਸੁਣ। ਬੇਅੰਤ ਨੇ ਆਣਾ, ਹੁਣ ਕੋਈ ਡਰਾਮਾ ਨਹੀਂ ਹੋਣਾ ਚਾਹੀਦਾ ਘਰ 'ਚ, ਨਾ ਬੋਲਣ ਮਾੜਾ ਚੰਗਾ ਬੋਲਣਾ, ਕਿਤੇ ਇਹ ਨਾ ਹੋਵੇ ਤੂੰ ਉਹਦੇ ਸਾਹਮਣੇ ਡਰਾਮੇ ਸ਼ੁਰੂ ਕਰ ਦੇ। ਮੈਨੂੰ ਤੇਰਾ ਭੋਰਾ ਭਰੋਸਾ ਨਹੀਂ ਵੀ ਤੂੰ ਕਿੱਥੇ ਸ਼ੁਰੂ ਹੋ ਜਾਏ। ਤੈਨੂੰ ਤਾਂ ਨਾ ਮੈਂ ਹੀ ਬੋਲਦੀ ਦੀਦੀ ਹਾਂ, ਤੂੰ ਵੀ ਜੱਗੇ ਵਾਂਗੂ ਨਾ ਬੋਟੀਆਂ ਦੀ ਸਾਈਡ ਲੈਣ ਲੱਗ ਪਿਆ। ਓ ਬੇਬੇ, ਉਹ ਜਦੋਂ ਤੂੰ ਚੰਨੋ ਤੇ ਰਾਣਾ ਨੂੰ ਮਾੜਾ ਬੋਲਦੀ ਆ ਮੈਂ ਤਾਂ ਉਹਨਾਂ ਦੀ ਸਾਈਡ ਲਊਂਗਾ ਹੀ। ਤੂੰ ਆਪੇ ਦੱਸ ਵੀ ਗਲਤ ਬੰਦੇ ਦੀ ਸਾਈਡ ਕੌਣ ਲੈਂਦਾ ਹੁੰਦਾ। ਹਾਂ ਹਾਂ, ਹੁਣ ਮੈਂ ਗਲਤ ਹੋ ਗਈ, ਐਡਾ ਕੁ ਸੀ ਜੱਗੇ ਪੁੱਤ ਜਦੋਂ ਤੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ, ਜਿਹੜਾ ਹੁਣ ਤੂੰ ਮਾਂ ਨੂੰ ਗਲਤ ਬੋਲਦਾ। ਓ ਬੇਬੇ, ਉਹ ਸਾਰੇ ਉਂਗਲੀ ਫੜ ਕੇ ਸਿਖਾਉਂਦੇ ਨੇ, ਧੌਣ ਫੜ ਕੇ ਕੌਣ ਸਿਖਾਉਂਦਾ ਗਾ। ਐਵੇਂ ਛੱਡੀ ਜਾਂਦੇ ਹਾਂ ਕਪੌੜਾਂ, ਉਹ ਕੱਲ ਨੂੰ ਅਸੀਂ ਵੀ ਆਪਣੇ ਬੱਚਿਆਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਵਾਂਗੇ। ਉਹ ਜੱਗੇ, ਉਹ ਆਹੀ ਗੱਲਾਂ ਦਾ ਇਹਨੂੰ ਮੈਂ ਸਮਝਾਉਣਾ ਵੀ ਰਿਸ਼ਤੇਦਾਰੀਆਂ ਅੱਗੇ ਜਲੂਸ ਨਾ ਕੱਢੋ ਭਾਈ। ਇਹ ਕਹਿੰਦੀ ਤੂੰ ਬਹੂ ਨੂੰ ਨਹੀਂ ਕਹਿੰਦਾ। ਉਹ ਬੇਬੇ, ਉਹ ਕੀ ਕਹਿੰਦੀਆਂ ਨੇ ਤੈਨੂੰ? ਤੂੰ ਉਹਦੀ ਸੁਣ ਕੇ ਉਹਨੂੰ ਕਹਿ ਦਿੰਦੀ ਆ, ਉਹਦੀ ਸੁਣ ਕੇ ਉਹਨੂੰ ਕਹਿ ਦਿੰਦੀ ਆ, ਤਾਂ ਹੀ ਤਾਂ ਉਹਨਾਂ ਦੇ ਮਨਾਂ 'ਚ ਫਰਕ ਪੈ ਗਿਆ। ਮੈਂ ਤਾਂ ਕੋਈ ਫਰਕ ਨਹੀਂ ਪਾਇਆ। ਅੱਛਾ ਮੰਮੀ ਜੀ, ਫਰਕ ਨਹੀਂ ਪਾਇਆ ਤੁਸੀਂ ਨਾ? ਮੇਰੇ ਮੂੰਹ 'ਤੇ ਤੁਸੀਂ ਰਾਣੋ ਨੂੰ ਮਾੜਾ ਕਹਿੰਦੇ ਹੋ ਅਤੇ ਰਾਣੋ ਦੇ ਮੂੰਹ 'ਤੇ ਮੈਨੂੰ। ਫਰਕ ਪਵਾਉਣ ਵਾਲੀਆਂ ਗੱਲਾਂ ਤਾਂ ਤੁਸੀਂ ਕਰਦੇ ਹੋ, ਇੱਕ ਦੂਜੇ ਕੋਲ ਸਾਨੂੰ ਤੁਸੀਂ ਮਾੜੀ ਬਣਾ ਰੱਖਿਆ। ਮੰਮੀ ਜੀ, ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਓ, ਜੇ ਤੁਸੀਂ ਸਾਡੇ ਨਾਲ ਰਹਿ ਕੇ ਨਹੀਂ ਕੱਟ ਸਕਦੇ ਤਾਂ ਆਪਦੀਆਂ ਅੱਡ ਬਣਾ ਲਿਆ ਕਰੋ ਤੇ ਅਸੀਂ ਆਪਦੀਆਂ ਅੱਡ ਲਾ ਲਿਆ ਕਰਾਂਗੇ। ਮੰਮੀ ਜੀ, ਤੁਸੀਂ ਹਟਣਾ ਤਾਂ ਹੈ ਨਹੀਂ, ਆਦਤ ਤਾਂ ਤੁਸੀਂ ਮਜਬੂਰ ਹੋ, ਅੱਡ ਹੋਣ ਨਾਲ ਆ ਰੋਜ਼ ਰੋਜ਼ ਦਾ ਨਾ ਕਲੇਸ਼ ਮੁੱਕ ਜੂ। ਕੋਈ ਤੁਸੀਂ ਰਿਸ਼ਤੇਦਾਰ ਨਹੀਂ ਛੱਡਿਆ, ਕੋਈ ਤੁਸੀਂ ਪਿੰਡ ਦਾ ਘਰ ਨਹੀਂ ਛੱਡਿਆ ਜਿੱਥੇ ਸਾਨੂੰ ਨਾ ਭੰਡਿਆ ਹੋਵੇ, ਇੱਥੋਂ ਤੱਕ ਤੁਸੀਂ ਤਾਂ ਸਾਡੇ ਪੇਕਿਆਂ ਨੂੰ ਵੀ ਮਾੜਾ ਚੰਗਾ ਬੋਲਿਆ ਸਾਡੇ ਬਾਰੇ। ਤੁਸੀਂ ਦੱਸੋ ਕਦੋਂ ਤੱਕ ਅਸੀਂ ਬਰਦਾਸ਼ਤ ਕਰ ਲਾਂਗੇ ਇਹ ਸਭ? ਆ ਦੇਖ ਲੈ ਪਿਓ ਪੁੱਤ ਕਿਵੇਂ ਘੁੱਗੂ ਬਣ ਕੇ ਖੜੇ ਆ, ਕਰਾਈ ਚੱਲੋ ਮੇਰੀ ਬੇਇੱਜ਼ਤੀ, ਇੰਨੀ ਮੇਰੀ ਬੇਇੱਜ਼ਤੀ ਕਰਦੀਆਂ, ਤੁਸੀਂ ਚੁੱਪ ਕਰਕੇ ਖੜੇ ਹੋ, ਮੇਰੀ ਗੱਲ ਸੁਣ ਲਓ। ਇੱਥੇ ਤੁਹਾਨੂੰ ਰਾਜਗੱਦੀ 'ਤੇ ਬਿਠਾਉਣ ਲਈ ਨਹੀਂ ਲਿਆਂਦਾ, ਘਰ ਦੇ ਕੰਮ ਧੰਦੇ ਕਰਨੇ ਪੈਣੇ ਨੇ, ਇਹ ਤਾਂ ਕਰਨੇ ਹੀ ਪੈਣੇ ਨੇ, ਲੱਗੀ ਸਮਝ? ਬੇ ਫਿਰ ਨੌਕਰਾਣੀ ਬਣਾਉਣ ਵਾਸਤੇ ਲਿਆਂਦੀ ਹੈ? ਇਹ ਦੋਵੇਂ ਜਾਣੀਆਂ ਇਸ ਹਾਲਾਤ 'ਚ ਵੀ ਘਰ ਦੇ ਕੰਮ ਕਰੀ ਜਾਂਦੀਆਂ ਨੇ, ਜੇ ਤੂੰ ਇਹਨਾਂ ਦੇ ਨਾਲ ਲਾ ਕੇ ਕੰਮ ਕਰਾ ਦੇ ਤੇਰੇ ਦੱਸ ਕੀ ਹੁੰਦਾ। ਉਹ ਬੇਬੇ ਸੱਚ ਕਹਾਂ, ਮੈਨੂੰ ਨਾ ਤੇਰੇ ਵਰਗੀਆਂ ਬੁੜੀਆਂ ਦੀ ਸਮਝ ਨਹੀਂ ਆਈ, ਪਹਿਲਾਂ ਤਾਂ ਸੁੱਖਾਂ ਸੁੱਖ ਕੇ ਪੁੱਤ ਨੂੰ ਵਿਆਹੁਣਗੀਆਂ, ਰੀਝਾਂ ਨਾਲ ਮੁੰਡੇ ਨੂੰ ਵਿਆਹੁਣਗੀਆਂ,
ਨੂੰਹ ਘਰੇ ਲਿਆਉਣਗੀਆਂ ਤੇ ਕੁਛ ਦਿਨ ਬਾਅਦ ਨਾ ਨੂੰਹਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਣਗੀਆਂ। ਮੈਨੂੰ ਇਸੇ ਗੱਲ ਦੀ ਸਮਝ ਨਹੀਂ ਆਉਂਦੀ, ਮੈਨੂੰ ਸਮਝਾ ਇਹ ਗੱਲ। ਅਸਲ 'ਚ ਨਾ ਜਨਾਨੀਓ ਜਨਾਨੀ ਦੀ ਦੁਸ਼ਮਣਾ, ਇਹਨਾਂ ਦੇ ਅੰਦਰ ਨਾ ਇੱਕ ਦੂਜੇ ਦੇ ਪ੍ਰਤੀ ਇੰਨਾ ਈਰਖਾ, ਇੰਨਾ ਜ਼ਹਿਰ ਭਰਿਆ ਪਿਆ, ਭਾਵੇਂ ਨੂੰਹ ਸਾਸਾ, ਦਰਾਣੀ ਜਠਾਣੀ, ਭਾਵੇਂ ਨਣਦ ਭਰਜਾਈ, ਇਹਨਾਂ ਦੇ ਮਨਾਂ 'ਚੋਂ ਇਹ ਜ਼ਹਿਰ ਨਹੀਂ ਜਾਂਦਾ ਕਦੇ ਵੀ। ਇਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਜ਼ਹਿਰ ਕੱਢਣਾ ਹੀ ਕੱਢਣਾ, ਉਹ ਤਾਂ ਹੀ ਤਾਂ ਅੱਜ ਕੱਲ੍ਹ ਰਿਸ਼ਤੇ ਨਹੀਂ ਨਿਭਦੇ। ਹੈਂ, ਜਿੰਨਾ ਚਿਰ ਇਹਨਾਂ ਦੇ ਮਨ 'ਚੋਂ ਇਹ ਭਾਵਨਾ ਨਹੀਂ ਨਿਕਲਦੀ, ਓਨਾ ਚਿਰ ਔਰਤ ਔਰਤ ਦੀ ਦੁਸ਼ਮਣ ਬਣੀ ਰਹੂਗੀ। ਰੋਕ ਲੈ ਹੁਣ, ਹੈ ਤੇ ਗਾਹਾਂ ਉਹਨਾਂ ਦੇ ਬੈੱਡ ਤੇ ਚੜੇਗਾ। ਵੀਰੇ, ਬਾਪੂ ਮੈਨੂੰ ਲੱਗਦਾ ਬੇਅੰਤ ਭੂਆ ਹੋਰੇ ਆ ਗਏ, ਮੈਂ ਦੇਖਦਾ, ਤੁਸੀਂ ਆ ਜਾਓ। ਹਾਂ ਆ ਜਾ, ਚਲ ਆ ਜਾ, ਮਿਲੀ ਇਹਨਾਂ ਨੂੰ, ਕਿੰਨੇ ਚਿਰ ਵਾਅਦਾ ਆਈ ਆ, ਮਸਾਂ ਹੀ ਆਈ ਆ ਉਹ, ਆ ਜਾ। ਰਾਣੋ, ਤੂੰ ਤਾਂ ਪਹਿਲੀ ਵਾਰ ਮਿਲਣਾ ਬੇਅੰਤ ਭੂਆ ਨੂੰ, ਮੈਂ ਤਾਂ ਪਹਿਲਾਂ ਵੀ ਮਿਲੀ ਹੋਈ ਹਾਂ, ਤੂੰ ਐਂ ਕਰ, ਤੂੰ ਜਾ, ਮੈਂ ਚਾਹ ਬਣਾਉਂਦੀ ਹਾਂ। ਨਹੀਂ ਦੀਦੀ, ਮੈਂ ਤੁਹਾਡੇ ਨਾਲ ਹੀ ਚਾਹ ਬਣਵਾਉਂਦੀ ਹਾਂ, ਚਾਹ ਬਣਾ ਕੇ ਆਪਾਂ ਬਾਅਦ 'ਚ ਮਿਲਾਂਗੇ। ਨਾਲੇ ਮੇਰੀ ਗੱਲ ਸੁਣੋ, ਮੰਮੀ ਜੀ ਹੋਰ ਵਾਲੀ ਚਾਹ ਨਾ ਮੈਂ ਫੜਾ ਕੇ ਆਉਂ। ਕਿਉਂ? ਬਾਅਦ 'ਚੋਂ ਲੱਗ ਜੂ ਪਤਾ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ? ਹਾਂ। ਸਤਿ ਸ਼੍ਰੀ ਅਕਾਲ ਜੀ, ਆ ਬੈਗ ਮੈਨੂੰ ਫੜਾ ਦਿਓ। ਹੋਰ ਤਕੜਾਂਗਾ ਮੁੰਡਿਆ? ਹਾਂ ਹਾਂ, ਸਭ ਵਧੀਆ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭਾਈ, ਹੋਰ ਠੀਕ ਆ? ਬਸ ਆਈ ਆਈਆਂ ਹੈ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਬੇਅੰਤ। ਸਾਲਾ ਸਾਹਿਬ, ਕੱਲੀ ਭੈਣ ਨੂੰ ਇਹ ਪੁੱਛੀ ਜਾਂਦੇ ਹੋ, ਇੱਧਰ ਜੀਜੇ ਨੂੰ ਵੀ ਪੁੱਛ ਲਓ। ਹੋਰ ਤਕੜਾ ਪਰਾਉਣੇ ਆ? ਸਾਲਾ ਸਾਹਿਬ ਤਕੜੇ ਹੀ ਆ, ਜਿਹੜਾ ਇੰਨੇ ਸਾਲਾਂ ਤੋਂ ਆ ਤੁਹਾਡੇ ਵਾਲੇ ਤੂਫਾਨ ਨੂੰ ਸਾਂਭੀ ਬੈਠਾ, ਤਕੜੇ ਹੀ ਆ। ਜੈਮਲ ਵੀਰੇ, ਇਹ ਤਾਂ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਪਰ ਹੁੰਦਾ ਇਹ ਤਾਂ ਹੈ ਨਹੀਂ, ਤਾਂ ਹੀ ਕਹਿੰਦੇ ਨੇ ਘੱਟ ਬੋਲਿਆ ਕਰ। ਠੀਕ ਹੈ ਜੀ। ਬੇਅੰਤ, ਦੱਸ ਭਲਾ ਐਡੀ ਵੀ ਕਾਹਦੀ ਨਾਰਾਜ਼ਗੀ ਸੀ, ਜਿਹੜਾ 4 ਸਾਲ ਹੋ ਗਏ ਘਰ 'ਚ ਪੈਰ ਹੀ ਨਹੀਂ ਪਾਇਆ। ਨਾ ਭਾਬੀ, ਤਾੜੀ ਕੱਥ ਨਾਲ ਨਹੀਂ ਵੱਜਦੀ ਹੈਗੀ। ਚੱਲ ਮੰਨਿਆ ਕਿ ਮੈਂ ਨਾਰਾਜ਼ ਤੀ, ਤਾਂ ਤੁਸੀਂ ਮਨਾਉਣ ਆ ਜਾਂਦੇ ਹੈ, ਆਪਾਂ ਹੀ ਫੇਰ ਆਕੜ ਰੱਖੀ। ਮੈਂ ਤਾਂ ਇਹਦੇ ਨਾਲ ਨਹੀਂ ਬੋਲਦੀ ਜਦੋਂ ਲੜਪਾਂ, ਪੁੱਛ ਲਓ ਆ ਕੋਲੇ ਖੜਾ। ਹਾਂ ਬੇਅੰਤ ਜੀ, ਇਹ ਤਾਂ ਵੀਰੇ ਨੇ ਦੱਸਿਆ ਕਿ ਤੇਜੋ ਭੈਣ ਵੀ ਨਾਰਾਜ਼ ਹੈ। ਮੈਂ ਸੋਚਿਆ ਕਿ ਜੇ ਮੈਂ ਵੀ ਨਾ ਗਈ ਤਾਂ ਵੀਰਾ ਕੱਲਾ ਕੱਲਾ ਮਹਿਸੂਸ ਕਰੂ। ਚਲੋ ਵਧੀਆ ਕਰਿਆ ਭੈਣੇ, ਤੂੰ ਆ ਗਈ, ਚਲੋ ਆ ਜਾਓ, ਬਹਿ ਕੇ ਕਰਦੇ ਦੁੱਖ ਸੁੱਖ ਜੱਗੇ, ਤੇਰੇ ਫੁੱਫੜ ਨੂੰ ਬਿਠਾਇਆ ਬੈਠ ਕੇ। ਹਾਂ ਹਾਂ ਬਾਪੂ, ਆ ਜਾਓ ਫੁੱਫੜ ਜੀ, ਆਪਾਂ ਬੈਠ ਕੇ ਬਹਿਨੇ ਆ, ਉਹ ਬਾਪੂ ਨੇ ਮੰਗਾ ਕੇ ਰੱਖੇ ਤੇਰੇ ਵਾਸਤੇ। ਠੀਕ ਆ ਭਤੀਜ। ਉਹ ਨਾ ਜੱਗੇ, ਆਹ ਕੰਮ ਨਾ ਕਰੀ, ਪੀ ਕੇ ਨਾ ਫਿਰ ਖਿੱਲਰ ਜਾਂਦਾ ਹੈਗਾ, ਇਕੱਠਾ ਕਰਨਾ ਔਖਾ ਹੋ ਜਾਂਦਾ। ਉਹ ਕੋਈ ਨਾ ਭੂਆ, ਤੂੰ ਫਿਕਰ ਨਾ ਕਰ, ਪੀ ਲੈਣ ਦੇ ਫੁੱਫੜ ਨੂੰ, ਜੇ ਖਿੱਲਰ ਗਿਆ ਨਾ ਇਕੱਠਾ ਤਾਂ ਮੈਂ ਆਪੇ ਹੀ ਕਰ ਲੂੰ। ਬੇਅੰਤ ਜੀ, ਤੁਸੀਂ ਵੀ ਬਸ ਮਖੌਲੀ ਕਰ ਦਿਓ, ਬਥੇਰੀ ਦਫ਼ਤਰ 'ਚ ਪੀਤੀ ਆ। ਚਲੋ ਆ ਜਾਓ, ਦਫ਼ਤਰ 'ਚ ਬਥੇਰੀ ਪੀਂਦੇ ਰਹੇ। ਚਲ ਆ ਜਾ। ਹਾਂ ਸੱਚ ਭੈਣੇ, ਸਾਡੇ ਭਾਣਜੇ ਦਾ ਕੀ ਹਾਲ ਆ, ਉਹ ਕਾਹਤੋਂ ਨਹੀਂ ਆਇਆ ਨਾਲ? ਵੀਰੇ ਪੰਮਾ ਵੀ ਠੀਕ ਹੈਗਾ, ਤੈਨੂੰ ਪਤਾ ਹੀ ਆ ਪੜ੍ਹਾਈਆਂ ਪੜ੍ਹਾਈਆਂ ਦਾ ਹਨਾ, ਕੋਰਸ ਜਿਹਾ ਕਰਨ ਲੱਗਿਆ ਹੋਇਆ ਗਾ। ਚੱਲ ਇਹ ਤਾਂ ਪਟਵਾਰੀ ਨਹੀਂ ਲੱਗਿਆ, ਹੁਣ ਤਾਂ ਲਵਾਵਾਂ ਪਟਵਾਰੀ ਮੈਂ। ਉਹ ਚੱਲ ਵਧੀਆ ਗੱਲ ਆ, ਪੜ੍ਹਾਈ ਲਿਖਾਈ ਦਾ ਕੰਮ ਆਉਂਦੀ ਆ। ਭੈਣੇ ਸੱਚ ਪੁੱਛੇ ਨਾ, ਮੈਂ ਤਾਂ ਐਂ ਤੀ ਵੀ ਤਾਂ ਆਉਣਾ ਨਹੀਂ।
ਲੈ ਵੀਰੇ ਆਉਣਾ ਕਿਉਂ ਨਹੀਂ ਸੀ ਦੱਸ? ਭੈਣ ਭਰਾਵਾਂ ਦੇ ਰਿਸ਼ਤੇ ਉਈ ਥੋੜੀ ਹੁੰਦੇ ਨੇ, ਔਰ ਨਾਲੇ ਮਾੜਾ ਮੋਟਾ ਲੜਾਈ ਝਗੜਾ ਤਾਂ ਕਿਹੜੇ ਭੈਣ ਭਰਾਵਾਂ 'ਚ ਨਹੀਂ ਹੁੰਦਾ। ਇਹਦਾ ਮਤਲਬ ਇਹ ਥੋੜੀ ਹੈ ਵੀ ਆਪਾਂ ਆਪਣੇ ਤੋਂ ਟੁੱਟ ਕੇ ਬਹਿ ਜਾਈਏ। ਭਾਬੀ ਆ ਬੋਟੀਆਂ ਨਹੀਂ ਦਿੰਦੀਆਂ ਕਿਤੇ? ਗਈਆਂ ਹੋਈਆਂ ਨੇ ਕਿਤੇ? ਨਾ ਨਾ ਇੱਥੇ ਹੀ ਨੇ, ਉਹਨਾਂ ਨੇ ਕਿੱਥੇ ਜਾਣਾ, ਅੰਦਰ ਚਾਹ ਪਾਣੀ ਦੁਆਲੇ ਲੱਗੀਆਂ ਹੋਣੀਆਂ। ਅੱਛਾ ਅੱਛਾ ਅੱਛਾ, ਲੈ ਆਈ ਗਈਆਂ। ਸਤਿ ਸ਼੍ਰੀ ਅਕਾਲ ਭੂਆ ਜੀ। ਲੈ ਸਤਿ ਸ਼੍ਰੀ ਅਕਾਲ ਕੁੜੇ, ਕਿਵੇਂ ਆ ਤੂੰ? ਮੈਂ ਵਧੀਆ। ਸਤਿ ਸ਼੍ਰੀ ਅਕਾਲ ਭੂਆ ਜੀ, ਆਉਂਦੀ ਰਹਿ ਭਾਈ। ਨੀ ਭਾਬੀ ਇਹੀ ਹੈ ਜੱਗੇ ਦੂਜੀ ਬਹੂ? ਹਾਂ ਬੇਅੰਤ। ਹਾਏ ਨੀ ਇਹ ਤਾਂ ਬਾਲੀ ਸੋਹਣੀ ਹੈ। ਕੀ ਗੱਲ ਭੂਆ ਜੀ, ਮੈਂ ਨੀ ਸੋਹਣੀ। ਉਹ ਪੁੱਤ ਤੂੰ ਵੀ ਬਥੇਰੀ ਸੋਹਣੀ ਹੈਗੀ, ਹੈਂ ਗੁੱਸਾ ਕਾਹਨੂੰ ਕਰਦੀ ਹੈਗੀ? ਇਹਨੂੰ ਤਾਂ ਮੈਂ ਪਹਿਲੀ ਵਾਰੀ ਦੇਖਿਆ ਹੈਗਾ, ਤੈਨੂੰ ਤਾਂ ਮਿਲਦੀ ਰਹਿੰਦੀ ਹੈਗੀ ਮੈਂ। ਉਹ ਭੈਣੇ ਚਾਹ ਪੀ ਲਾ। ਉਹ ਭਾਈ ਜਨੋ ਉੱਧਰ ਬੈਠ ਕੇ, ਤੁਹਾਡਾ ਫੁੱਫੜ ਬੈਠਾ, ਉਹਨੂੰ ਵੀ ਚਾਹ ਪਾਣੀ ਦਿਓ ਜਾ ਕੇ। ਰਹਿਣ ਦੇ ਵੀਰੇ, ਰਹਿਣ ਦੇ ਕੁੜੇ ਬਹੂ, ਉਹਨੇ ਨਹੀਂ ਚਾਹ ਪੀਣੀ, ਉਹ ਤਾਂ ਹੁਣ ਚੂ ਪੀਊਗਾ। ਉਹ ਚੱਲ ਫੇਰ ਵੀ ਪੁੱਛਿਆ ਉਹ ਭਾਈ, ਕਿਤੇ ਨਾਰਾਜ਼ ਹੋ ਜੇ। ਭਤੀਜ ਮੋਟਾ ਜਿਹਾ ਪਾਪ ਹੈ, ਮੈਂ ਇਸ ਘਰ ਦਾ ਪ੍ਰਾਹੁਣਾ, ਤੇਰੀ ਭੂਆ ਦਾ ਪ੍ਰਾਹੁਣਾ, ਪੈਗ ਪਾ ਮੈਨੂੰ, ਪਾ ਪੈਗ। ਉਹ ਬਸ ਕਰ ਫੁੱਫੜਾ, ਹੁਣ ਬਹੁਤ ਹੋ ਗਈ, ਰੋਟੀ ਖਾ ਲਾ। ਉਹ ਭਤੀਜ ਖਾ ਲਾਂਗੇ ਰੋਟੀ, ਪਹਿਲਾਂ ਫੁੱਫੜ ਨੂੰ ਰੋਟੀ ਖਾਣ ਜੋਗਾ ਤਾਂ ਕਰ ਲਓ। ਤੂੰ ਪੈਗ ਪਾ, ਮੈਂ ਤਾਂ ਰੱਜ ਕੇ ਪੀਣੀ ਆ ਸੌਰੀ। ਉੱਥੇ ਕਿਹੜਾ ਤੇਰੀ ਭੂਆ ਪੈਗ ਲਾਉਣ ਦਿੰਦੀ ਆ ਮੈਨੂੰ, ਇੱਥੇ ਹੀ ਪੀਊਂਗਾ, ਪਾ ਪੈਗ। ਉਹ ਫੁੱਫੜਾ ਉਹ ਬਾਅਦ ਚੋਂ ਯਾਰ ਉਛਲਦਾ ਫਿਰੇਗਾ ਕੋਈ ਫਾਇਦਾ? ਨਾਲੇ ਤੈਨੂੰ ਕਿਹੜਾ ਸੁਰਤ ਰਹਿੰਦੀ ਆ, ਫਿਰ ਤੂੰ ਮੰਜੇ 'ਤੇ ਮੁੱਤੀ ਜਾਂਦਾ। ਉਹ ਇਸ ਲਈ ਮੈਂ ਕਹਿੰਦਾ ਤੂੰ ਬਸ ਕਰ, ਉਹ ਜਿਹੜੀ ਬਚ ਗਈ ਨਾ ਇਹ ਕੱਲ੍ਹ ਨੂੰ ਲਾ ਲਾਂਗੇ। ਤੂੰ ਐਂ ਕਰ ਭਤੀਜ, ਤੂੰ ਮੇਰੇ ਮਤਬਲ ਦਾ ਬੰਦਾ ਨਹੀਂ ਹੈਗਾ, ਨਹੀਂ ਹੈਗਾ। ਤੇਰੇ ਭਾਪੇ ਨੂੰ ਭੇਜ, ਮੇਰੇ ਸਾਲੇ ਨੂੰ ਭੇਜ, ਉਹਨੂੰ ਪਤਾ ਵੀ ਪ੍ਰਾਹੁਣਾ ਕੀ ਚੀਜ਼ ਹੁੰਦਾ। ਚੱਲ ਚੰਗਾ ਫੁੱਫੜਾ ਭੇਜਦਾ, ਉਹ ਨਾਲੇ ਐਨਕ ਤਾਂ ਲਾ ਲਾ, ਰਾਤ ਨੂੰ ਲਾਈ ਬੈਠਾ। ਤੂੰ ਤੇਰੇ ਭਾਪੇ ਨੂੰ ਭੇਜ, ਇਹ ਤਾਂ ਮੈਂ ਰਾਤ ਨੂੰ ਵੀ ਐਨਕ ਲਾ ਕੇ ਪੈਂਦਾ, ਤੇਰੀ ਭੂਆ ਨੂੰ ਪਤਾ ਸਾਰਾ, ਭੇਜ ਉਹਨੂੰ। ਹਾਂ ਭੇਜ ਭੇਜ। ਦੇਖ ਲਾ ਬੇਅੰਤ, ਤੇਰੇ ਆਉਣ ਨਾਲ ਕਿੰਨੀਆਂ ਰੌਣਕਾਂ ਲੱਗੀਆਂ ਭਾਈ, ਹੈ ਰੌਣਕਾਂ ਤਾਂ ਵੀਰੇ ਭੈਣਾਂ ਭਾਈਆਂ ਨਾਲ ਹੀ ਲੱਗਦੀਆਂ ਨੇ। ਭਾਬੀ ਤੂੰ ਮੈਨੂੰ ਖੁਸ਼ ਜੀ ਨਹੀਂ ਲੱਗਦੀ ਹੈਗੀ, ਐਂ ਚੁੱਪ ਚਾਪ ਜੀ ਬੈਠੀ ਹੈਗੀ, ਮੇਰੇ ਆਉਣ 'ਤੇ ਖੁਸ਼ ਨਹੀਂ ਹੈਗੀ ਤੂੰ? ਨਾ ਨਾ ਬੇਅੰਤ, ਮੇਰੇ ਨਾਲੋਂ ਵੱਧ ਕੇ ਇਹਨੂੰ ਖੁਸ਼ੀ ਹੋਣੀ ਹੈ, ਮੈਂ ਤਾਂ ਤੇਰੀਆਂ ਗੱਲਾਂ ਸੁਣਦੀ ਹਾਂ ਤਾਂ ਚੁੱਪ ਬੈਠੀ ਸੀ। ਉਹ ਭੂਆ ਉਹ ਫੁੱਫੜ ਕਿਹੋ ਜਿਹਾ ਬੰਦਾ? ਉਹ ਕੀ ਗੱਲ ਹੋ ਗਈ? ਗੱਲ ਕੀ ਹੋਣੀ ਹੈ ਬਾਪੂ, ਉਹ ਤਾਂ ਪੀਣੀ ਨਹੀਂ ਹਟਦਾ। ਉਹ ਚੱਲ ਕੋਈ ਨਾ, ਤੂੰ ਬੈਠੋ ਰੇ, ਮੈਂ ਦੇਖਦਾ। ਉਹ ਭੂਆ ਉਹ ਤੂੰ ਕਿਵੇਂ ਕੱਟੀ ਜਾਂਦੀ ਫੁੱਫੜ ਨਾਲ, ਮੇਰਾ ਤਾਂ 2 ਘੰਟੇ 'ਚ ਜਿਉਣਾ ਦੁੱਬਰ ਕਰਤਾ ਉਹਨੇ। ਬਗਾਨੇ ਬੱਸ ਪੈ ਕੇ ਕੱਟਣੀ ਪੈਂਦੀ ਹੈ ਜੱਗਿਆ,
ਮਾਪਿਆਂ ਦੀ ਇੱਜ਼ਤ ਖਾਤਰ ਬਹੁਤ ਕੁਛ ਜਰਨਾ ਪੈਂਦਾ ਧੀਆਂ ਨੂੰ। ਕਿੰਨੇ ਕੁ ਲੋਕਾਂ ਨੂੰ ਇੱਥੇ ਆਪਣੇ ਮਨਪਸੰਦ ਦਾ ਸਾਥੀ ਮਿਲਦੇ ਨੇ, ਸਭ ਐਡਜਸਟਮੈਂਟ ਕਰਨੀ ਪੈਂਦੀ ਹੈ। ਸਹੀ ਕਹਿੰਦੇ ਹੋ ਭੂਆ ਜੀ, ਔਰਤ ਤੇ ਗਊਆਂ ਤਾਂ ਨਾ ਇੱਕ ਬਰਾਬਰ ਨੇ, ਇਹਨਾਂ ਨੇ ਕਿਹੜਾ ਬੋਲਣਾ ਹੁੰਦਾ। ਜਿੱਥੇ ਘਰਦਿਆਂ ਨੇ ਰੱਸਾ ਫੜਾਤਾ ਤਾਂ ਚੁੱਪ ਕਰਕੇ ਤੁਰ ਜਾਂਦਾ, ਅੱਗੋਂ ਸਹੁਰੇ ਪਰਿਵਾਰ ਵੀ ਕਿਸੇ ਕਰਮ ਵਾਲੀ ਨੂੰ ਹੀ ਸੁੱਖ ਮਿਲਦਾ। ਮੈਨੂੰ ਤਾਂ ਇਹ ਲੱਗਦਾ ਵੀ ਔਰਤ ਦੀ ਸਾਰੀ ਜ਼ਿੰਦਗੀ ਨਾ ਆ ਘੁੰਮਣ ਘੇਰੀਆਂ 'ਚ ਲੰਘ ਜਾਣੀ ਆ। ਪੇਕੇ ਕਹਿ ਦਿੰਦੇ ਨੇ ਤੂੰ ਪਰਾਇਆ ਤਾਂ ਨਾ, ਤੂੰ ਬੇਗਾਨੇ ਘਰ ਜਾਣਾ, ਤੇ ਸਹੁਰੇ ਕਹਿ ਦਿੰਦੇ ਨੇ ਤੂੰ ਬੇਗਾਨੇ ਘਰੋਂ ਆਈ ਆ। ਕਈ ਵਾਰ ਤਾਂ ਕੁੜੀਆਂ ਨੂੰ ਆਹੀ ਗੱਲ ਸਮਝ ਨਹੀਂ ਆਉਂਦੀ ਵੀ ਉਹਨਾਂ ਦਾ ਅਸਲ ਘਰ ਹੈਗਾ ਕਿਹੜਾ। ਪਤਾ ਨਹੀਂ ਕਦੋਂ ਕੋਈ ਔਰਤ ਦੀ ਅੰਦਰ ਦੀ ਪੀੜ ਨੂੰ ਸਮਝੂਗਾ, ਸਮਝੂਗਾ ਜਾਂ ਨਹੀਂ। ਉਹ ਭੂਆ, ਜਿਵੇਂ ਦਾ ਜਿਹਦੇ ਕਰਮਾਂ 'ਚ ਲਿਖਿਆ ਹੁੰਦਾ ਨਾ ਉਵੇਂ ਹੀ ਹੁੰਦਾ। ਇਸ ਲਈ ਬੰਦੇ ਨੂੰ ਹਮੇਸ਼ਾ ਖੁਸ਼ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਹੁਣ ਮੈਨੂੰ ਐਂ ਦੱਸ, ਫੁੱਫੜ ਨੂੰ ਠਾ ਕੇ ਰੋਟੀ ਖਵਾ ਦਈਏ ਕਿ ਐਂ ਬੈਠਾ ਰਹਿਣ ਦੇ? ਬਈ ਸੁੱਤਾ ਰਹਿਣ ਦੇ ਜੱਗਿਆ, ਉੱਠ ਕੇ ਰੌਲਾ ਹੀ ਪਾਉਣਾ ਉਹਨੇ, ਐਵੇਂ ਮੈਥੋਂ ਜਾ ਜਾਂਦੀ ਕਰਾਊਗਾ। ਤੜਕੇ ਉੱਠ ਕੇ ਖਾ ਲੂਗਾ ਰੋਟੀ, ਕਿਤੇ ਨੀ ਕਤੂਰੇ ਚੁੰਗਦੇ ਹੈਗੇ ਹੁਣ ਰਾਤ ਨੂੰ। ਰਾਣੋ ਚਲੋ ਪਾਓ ਫਿਰ ਰੋਟੀ, ਖਾ ਕੇ ਪਈਏ ਟਾਈਮ ਨਾਲ, ਨਾਲੇ ਭੂਆ ਖਾ ਲੂ। ਆ ਜਾਓ ਭੂਆ ਜੀ। ਚੱਲ ਆ ਜਾ ਰਾਣੋ, ਚੱਲ ਆ ਜਾ ਭਾਬੀ, ਤੂੰ ਵੀ ਨਾਲ ਹੀ ਆ ਜਾ। ਲੈ ਭਾਈ ਜੱਗੇ, ਆਹ ਤੇਰੀ ਮੈਰਿਜ ਐਨਵਰਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਆਹ ਫੜ 2100 ਰੁਪਇਆ ਸ਼ਗਨ, ਜਿਹੜਾ ਕੁਛ ਲੈਣਾ ਹੋਇਆ ਆਪ ਹੀ ਲੈ ਲਿਓ, ਅਸੀਂ ਗਿਫਟ ਲੈ ਕੇ ਨਹੀਂ ਆਏ ਨਾ। ਉਹ ਕੋਈ ਨਾ ਫੁੱਫੜ ਜੀ, ਤੁਸੀਂ ਆ ਗਏ ਗਿਫਟ ਆ ਗਿਆ। ਇੱਕੋ ਹੀ ਗੱਲ ਹੈ, ਐਂ ਦੱਸ ਫੁੱਫੜਾ, ਰਾਤ ਕੋਈ ਘਾਟ ਤਾਂ ਹੀ ਰਹਿ ਗਈ? ਭਤੀਜ ਹੌਲੀ ਬੋਲ, ਤੇਰੀ ਭੂਆ ਨੇ ਸੁਣ ਲਿਆ ਕਲੇਸ਼ ਪੈਜੂ, ਫਿਰ ਵੀ ਮੈਂ ਪਟਵਾਰੀ ਹਾਂ। ਨਾ ਮੈਨੂੰ ਕਾਹਨੂੰ ਸੁਣਦਾ, ਮੈਂ ਤਾਂ ਬੌਲੀ ਹਾਂ, ਤੂੰ ਘਰੇ ਤਾਂ ਚੱਲ ਸਹੀ ਕਿਹਾ, ਤੇਰਾ ਕੱਢੂ ਮੈਂ ਪਟਵਾਰ ਪੁਣਾ। ਉਹ ਚੱਲ ਛੱਡ ਪਰਾਂ ਭੈਣੇ, ਖੁਸ਼ੀ ਦੇ ਮੌਕੇ ਵੱਧ ਘੱਟ ਨਹੀਂ ਦੇਖੀ ਦਿੰਦੇ, ਕਿਉਂ ਪਰਾਉਣੇ ਆ? ਆ ਲੈ ਦੋਨੇ ਭੈਣਾਂ 1000-1000 ਤੁਸੀਂ ਰੱਖ ਲਓ, ਜੋ ਕੁਛ ਤੁਸੀਂ ਲਿਆਉਣਾ ਹੋਇਆ ਨਾ ਲੈ ਆਇਓ, ਹੁਣ ਛੇਤੀ ਦੇਣੀ ਨਾ। ਗੋਲ ਮਟੋਲ ਜਿਹਾ ਜਿਵੇਂ ਦੇ ਤੂੰ ਆ ਉਵੇਂ ਦਾ ਮੈਨੂੰ ਪੋਤਾ ਦੇ ਦੇ। ਮੈਂ ਤਾਂ ਤੇਰੇ ਡੈਡੀ ਨੂੰ ਕਹਿਤਾ ਵੀ ਮੁੰਡਾ ਹੋਏ ਤੇ ਨਾ ਆਪਾਂ ਚੰਨੋ ਤੇ ਜੱਗੇ ਨੂੰ ਗੱਡੀ ਗਿਫਟ ਕਰਨੀ ਆ। ਮੰਮੀ ਜੀ, ਜੇ ਕੁੜੀ ਹੋ ਗਈ ਫਿਰ ਕੀ ਗਿਫਟ ਕਰੋਗੇ? ਕੁੜੇ ਬਹੂ, ਕੁੜੀ ਨਹੀਂ ਚਾਹੀਦੀ ਸਾਨੂੰ, ਮੈਨੂੰ ਤਾਂ ਮੁੰਡਾ ਚਾਹੀਦਾ, ਉਹ ਵੀ ਇਸ ਘਰ ਦਾ ਵਾਰਸ। ਉਹ ਬੇਬੇ, ਉਹ ਯਾਰ ਕੀ ਕਹੀ ਜਾਂਦੀ ਆ ਤੂੰ, ਆ ਕੁੜੀ ਹੋਊ ਜਾਂ ਮੁੰਡਾ ਇਹ ਚੰਨੋ ਦੇ ਹੱਥ ਥੋੜੀ ਆ, ਇਹ ਤਾਂ ਉਹ ਪਰਮਾਤਮਾ ਦੀ ਮਰਜ਼ੀ ਆ, ਉਹ ਜੋ ਦਊਗਾ ਸਾਨੂੰ ਉਹੀ ਮਨਜ਼ੂਰ ਹੈ। ਭਾਬੀ, ਅੱਜ ਕੱਲ੍ਹ ਕੁੜੀਆਂ ਮੁੰਡਿਆਂ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਕੁੜੀਆਂ ਵੀ ਅੱਜ ਕੱਲ੍ਹ ਬਰਾਬਰ ਹੀ ਕੰਮ ਕਰਦੀਆਂ ਮੁੰਡਿਆਂ ਦੇ। ਪਰ ਬੇਅੰਤ ਬੰਸ਼ ਕੁੜੀਆਂ ਨਾਲ ਨਹੀਂ ਮੁੰਡਿਆਂ ਨਾਲ ਚੱਲਦਾ। ਚੱਲ ਜੇ ਬੜੀ ਦੇ ਨਾ ਮੁੰਡਾ ਹੋਇਆ ਤਾਂ ਛੋਟੀ ਦੇ ਹੋ ਜੂ, ਇਸ ਟਾਈਮ ਇਹ ਗੱਲਾਂ ਜ਼ਰੂਰੀ ਨੇ, ਮਾਰੀ ਜਾਂਦੀ ਆ ਪਕਾਈ ਹੋਈ, ਉਹ ਇੰਨਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ, ਤੂੰ ਹੋਰ ਇਹ ਗੱਲਾਂ ਲੈ ਕੇ ਬਹਿ ਗਈ। ਜੇ ਮੈਂ ਸੱਚ ਬੋਲਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੈਂ ਬੁਰੀ ਲੱਗਦੀ ਹਾਂ, ਸਾਰੇ ਕੰਨ ਖੋਲ ਕੇ ਗੱਲ ਸੁਣ ਲਓ, ਮੈਨੂੰ ਇਸ ਜ਼ਮੀਨ ਜਾਇਦਾਦ ਲਈ ਨਾ ਵਾਰਸ ਚਾਹੀਦਾ, ਵਾਰਸ ਮੈਨੂੰ ਪੋਤਾ ਚਾਹੀਦਾ, ਪੋਤਾ। ਦੇਖ ਲਓ ਡੈਡੀ ਜੀ, ਫਿਰ ਤੁਸੀਂ ਕਹਿਣਾ ਵੀ ਬਹੂਆਂ ਬੋਲਦੀਆਂ ਨੇ, ਆ ਰੰਗ 'ਚ ਭੰਗਣਾ ਹੁਣ ਮੰਮੀ ਨੇ ਜਾਣ ਬੁੱਝ ਕੇ ਪਾਈ ਆ, ਕਿਉਂਕਿ ਇਹ ਚਾਹੁੰਦੇ ਹੀ ਨਹੀਂ ਵੀ ਇਸ ਘਰ 'ਚ ਖੁਸ਼ੀਆਂ ਆਉਣ ਜਾਂ ਚਾਰ ਜੀ ਰਲ ਕੇ ਬੈਠਣ। ਹੁਣ ਕੋਈ ਵੀ ਪ੍ਰੋਗਰਾਮ ਉਦੋਂ ਹੀ ਰੱਖਿਓ ਜਦੋਂ ਇਸ ਘਰ ਨੂੰ ਕੋਈ ਵਾਰਸ ਮਿਲ ਗਿਆ, ਨਹੀਂ ਮੰਮੀ ਨੇ ਤਾਂ ਆਹੀ ਕੰਜਰ ਕਲੇਸ਼ ਰੱਖਣਾ ਘਰ 'ਚ। ਚੱਲ ਚੱਲੋ, ਹੋ ਗਿਆ ਸੈਲੀਬ੍ਰੇਟ ਮਨਾਲੀ ਵਿਆਹ ਦੀ ਬਰੇ ਗੰਢ।
ਬੇਅੰਤ ਜੀ ਆਪਾਂ ਵੀ ਚੱਲੀਏ ਕਸਾਲੇ ਹਾਰ ਤੋਂ ਹੋਰ ਸੇਵਾ ਪਾਣੀ ਕਰਾਉਣਾ। ਤੇਰਾ ਬੋਲਣਾ ਜ਼ਰੂਰੀ ਸੀਗਾ ਵਿੱਚ? ਉਹ ਸਾਰਾ ਕੁਛ ਨਾ ਤੇਰੇ ਕਰਕੇ ਹੋਇਆਗਾ, ਜਿਹੜਾ ਕਲਦਾ ਆ ਕੇ ਦਾਰੂ ਡੱਫੀ ਜਾਂਦਾ ਗਾ। ਤੂੰ ਚੱਲ ਘੇਰਾ ਘਰੇ, ਤੇਰਾ ਕੱਢੂ ਮੈਂ ਪਟਵਾਰ ਪਾਉਣਾ, ਜਰੂਸ ਕੱਢ ਰੱਖਿਆ ਬੰਦੇ ਨੇ। ਬੇਅੰਤ ਮੈਂ ਕੀ ਕਿਹਾ ਤੈਨੂੰ? ਬੇਅੰਤ ਜੀ ਇੱਕ ਮਿੰਟ ਰੁਕਿਓ, ਇਹ ਤਾਂ ਉਹ ਗੱਲ ਹੋ ਗਈ ਖਾਣ ਪੀਣ ਨੂੰ ਬਾਂਦਰੀ ਅਤੇ ਟੰਡੇ ਖਾਣ ਨੂੰ ਰਿੱਛ। ਆ ਗਿਆ ਬੇਅੰਤ ਜੀ। ਇੱਕ ਗੱਲ ਕਹਾਂ ਜੀ ਤੁਹਾਨੂੰ, ਮੈਨੂੰ ਪੱਕਾ ਪਤਾ ਸੀ ਵੀ ਅੱਜ ਮੰਮੀ ਕੋਈ ਨਾ ਕੋਈ ਪੌੜਾ ਪਾਉਣਗੇ ਨਾ। ਮੈਨੂੰ ਐਂ ਦੱਸੋ, ਮੁੰਡਾ ਜੰਮਣਾ ਮੇਰੇ ਹੱਥ 'ਚ ਆ? ਸਾਰੀ ਉਮਰ ਲੰਘ ਗਈ ਮੰਮੀ ਜੀ ਦੀ, ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਆਈ ਹਲੇ ਤੱਕ। ਦੀਦੀ ਤੁਸੀਂ ਕਿਉਂ ਆਪਦਾ ਬਲੱਡ ਵਧਾਈ ਜਾਂਦੇ ਹੋ? ਤੁਸੀਂ ਰੈਸਟ ਕਰ ਲਓ, ਚੰਗਾ ਭਲਾ ਸਾਰਾ ਕੁਛ ਚੱਲੀ ਜਾਂਦਾ ਸੀ, ਪਤਾ ਨਹੀਂ ਕੀ ਦੌਰਾ ਪਿਆ ਮੰਮੀ ਜੀ ਨੂੰ, ਸਾਰੇ ਜੀਆਂ ਦਾ ਮੂਡ ਖਰਾਬ ਕਰਕੇ ਰੱਖਤਾ। ਉਹ ਯਾਰ ਆਦਤ ਤੋਂ ਮਜਬੂਰ ਆ ਬੇਬੇ, ਇਹ ਤੋਂ ਘਰ ਦੀ ਖੁਸ਼ੀ ਦੇਖੀ ਨਹੀਂ ਜਾਂਦੀ, ਇਹ ਤਾਂ ਸਾਰੇ ਜੀਆਂ ਨੂੰ ਦੁਖੀ ਕਰਕੇ ਰੱਖੋਗੇ। ਸਹੀ ਨਾ, ਮੇਰੀ ਗੱਲ ਸੁਣ ਲਓ ਜੀ, ਜੇ ਮੈਂ ਇਹੋ ਜਿਹੇ ਮਾਹੌਲ 'ਚ ਰਹਿੰਦੀ ਰਹੀ ਨਾ ਮੈਂ ਤਾਂ ਮੈਂਟਲੀ ਅਪਸੈਟ ਹੋ ਜੂ, ਇਹਦਾ ਅਸਰ ਮੇਰੇ ਹੋਣ ਵਾਲੇ ਜਵਾਕ 'ਤੇ ਵੀ ਪਊਗਾ। ਤੁਸੀਂ ਐਂ ਕਰੋ, ਮੇਰੇ ਡੈਡੀ ਨੂੰ ਫੋਨ ਕਰ ਦਿਓ, ਜਿੰਨਾ ਟਾਈਮ ਤੱਕ ਬੱਚਾ ਨਹੀਂ ਨਾ ਹੁੰਦਾ ਮੈਂ ਉੱਥੇ ਹੀ ਚਲੀ ਜਾਂਦੀ ਹਾਂ। ਉਹ ਯਾਰ ਡੈਡੀ ਹੋਰੇ ਕੀ ਸੋਚਣਗੇ, ਆਪਾਂ ਐਂ ਕਰਦੇ ਹਾਂ ਆਪਾਂ ਬੇਅੰਤ ਭੂਆ ਨਾਲ ਗੱਲ ਕਰਦੇ ਹਾਂ, ਆਪਾਂ ਉਹਦੇ ਘਰੇ ਚੱਲਦੇ ਹਾਂ, ਨਾਲੇ ਉੱਥੇ ਕੋਈ ਸਿਰ ਦਰਦੇ ਨਹੀਂ। ਦੀਦੀ ਜੀ ਤੁਸੀਂ ਨਾ ਆਪਣੇ ਪੇਕੇ ਠੀਕ ਰਹੋਗੇ, ਉੱਥੇ ਤੁਹਾਡੇ ਮੰਮੀ ਡੈਡੀ ਵੀ ਨੇ, ਭਰਾ ਵੀ ਹੈਗਾ ਆ, ਭੂਆ ਜੀ ਕੋਲੇ ਤੁਹਾਨੂੰ ਨਾਲ ਜਾਣਾ ਪੈਣਾ, ਫਿਰ ਇੱਧਰ ਕੌਣ ਦੇਖੂਗਾ, ਇੱਧਰ ਔਖਾ ਹੋ ਜੂਗਾ। ਇਹ ਵੀ ਗੱਲ ਤੇਰੀ ਠੀਕ ਆ, ਚੱਲ ਕੋਈ ਨਾ ਆਪਾਂ ਸਵੇਰੇ ਕਰਦੇ ਹਾਂ ਗੱਲ, ਪੁੱਛਦੇ ਵੀ ਬਾਪੂ ਹੋਰੇ ਕੀ ਕਹਿੰਦੇ ਆ। ਮੈਂ ਤਾਂ ਕਹਿੰਦੀ ਹਾਂ ਰਾਣੋ ਤੂੰ ਵੀ ਮੇਰੇ ਨਾਲ ਹੀ ਚੱਲ, ਹੋਰ ਇੱਥੇ ਮੰਮੀ ਜੀ ਨੂੰ ਆਪ ਹੀ ਰਹਿਣ ਦੇ, ਇਕੱਲੀ ਨੂੰ ਆਪੇ ਪਤਾ ਲੱਗ ਜੂ ਇਕੱਲੀ ਰਹਿ ਕੇ ਵੀ ਕੀ ਬਣਦਾ ਕੀ ਨਹੀਂ। ਵੈਸੇ ਵੀ ਮੇਰੇ ਡੈਡੀ ਜੀ ਤੈਨੂੰ ਵੀ ਤਾਂ ਆਪਦੀ ਧੀ ਸਮਝਦੇ ਨੇ, ਉਹ ਤਾਂ ਐਂ ਕਹਿੰਦੇ ਨੇ ਵੀ ਮੇਰੀ ਇੱਕ ਧੀ ਨਹੀਂ ਮੇਰੀਆਂ ਦੋ ਧੀਆਂ ਨੇ, ਤਾਂ ਹੀ ਕਿਹਾ ਜੀ ਤੁਸੀਂ ਕਰ ਲਓ ਡੈਡੀ ਜੀ ਨਾਲ ਗੱਲ। ਚੰਨੋ ਤੁਸੀਂ ਹੁਣ ਪਾਓ ਆਰਾਮ ਨਾਲ, ਸਵੇਰੇ ਕਰਦੇ ਹਾਂ ਗੱਲ, ਆ ਜਾਓ। ਕੋਈ ਨਹੀਂ ਇਹਨਾਂ ਦਾ ਕੋਈ ਹਿੱਲਾ ਕਰਨਾ ਹੀ ਪੈਣਾ, ਆਏ ਵੱਡੇ ਮੈਨੂੰ ਸਮਝਾਉਣ ਵਾਲੇ, ਇਹਨਾਂ ਨੂੰ ਕੁੜੀ ਚਾਹੀਦੀ ਹੈ। ਹਿੰਡ ਦੀ ਪੂਰੀ ਪੱਕੀਆਂ ਤੂੰ ਵੀ ਇੰਨਾ ਸਮਝਾਉਣ ਦੇ ਮਗਰੋਂ ਵੀ ਤੈਂ ਕਲੇਸ਼ ਕਰਤਾ, ਫਿਰ ਵੀ ਨਾ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਤੂੰ, ਉਹ ਜਵਾਕਾਂ ਦੀ ਖੁਸ਼ੀ ਤਾਂ ਤੋਂ ਦੇਖੀ ਨਹੀਂ ਜਾਂਦੀ ਜਿਹੜੀ ਤਾਂ ਅੱਜ ਗੱਲ ਕਰੀ ਆ, ਉਹ ਮਗਰੋਂ ਵੀ ਕਰ ਸਕਦੀ ਸੀ, ਉਹ ਅਜੇ ਜ਼ਰੂਰੀ ਸੀ। ਮੇਰੇ ਤੋਂ ਨਹੀਂ ਤੁਹਾਡੇ ਵਾਂਗੂ ਮਿਣ ਮਿਣ ਹੁੰਦੀ, ਜਿਹੜੀ ਗੱਲ ਕਰਦੀ ਆ ਨਾ ਕੁਲਦੀਪ ਮੂੰਹ 'ਤੇ ਕਰਦੀ ਆ, ਇਹਨਾਂ ਦਾ ਕੀ ਜਾਣਾ, ਪੱਥਰ ਜੰਮ ਜੰਮ ਧਰੀ ਜਾਊਗੀ। ਮੈਨੂੰ ਤਾਂ ਮੁੰਡਾ ਚਾਹੀਦਾ ਮੁੰਡਾ, ਨਹੀਂ ਇਹਦੇ ਪੇਕੀ ਕਰਦੇ ਫੋਨ, ਲੈ ਜਾਣ ਇਹਨੂੰ, ਜੇ ਮੁੰਡਾ ਹੋਇਆ ਤਾਂ ਲੈ ਆਵਾਂਗੇ, ਨਹੀਂ ਉੱਥੇ ਬੈਠੀ ਰਹੇ। ਰਾਣੂ ਹੈਗੀ ਆ ਸਾਡੇ ਕੋਲ, ਜੰਮ ਦੂਗੀ ਮੁੰਡਾ। ਨਾ ਜੇ ਰਾਣੂ ਦੇ ਕੁੜੀ ਹੋ ਗਈ ਫਿਰ, ਤੂੰ ਕੋਈ ਚੰਗੀ ਭਾਖਿਆ ਨਾ ਮੂੰਹ 'ਚੋਂ ਕੱਢੀ, ਸਾਰੀ ਉਮਰ ਲੰਘ ਗਈ ਤੈਨੂੰ ਬੋਲਣਾ ਨਾ ਆਇਆ, ਤੇਰਾ ਤਾਂ ਉਹ ਕੰਮ ਆ ਅਖੇ ਮੁਰਦਾ ਬੋਲੂ ਕੱਫਣ ਪਾੜੂ। ਜੇ ਤੂੰ ਨਹੀਂ ਨਾ ਕੁਛ ਕਰ ਸਕਦਾ ਤਾਂ ਰਹਿਣ ਦੇ, ਮੈਂ ਆਪੇ ਹੀ ਕਰ ਲਊ। ਕੁਲਦੀਪ ਕੌਰ ਇੰਨੀ ਛੇਤੀ ਹਾਰ ਮੰਨਣ ਵਾਲੀ ਨਹੀਂ। ਮੈਨੂੰ ਲੱਗਦਾ ਨਾ ਤੂੰ ਘਰ ਦਾ ਚੁੱਲ੍ਹਾ ਚੌਂਕਾ ਅੱਡ ਕਰਾ ਕੇ ਸਾਹ ਲਏਂਗੀ, ਜੇ ਬਹੂਆਂ ਔਰ ਮੁੰਡਾ ਅੱਡ ਹੋ ਗਏ ਨਾ ਫਿਰ ਬਹਿ ਜੀ ਵਿਹੜੇ ਚੌੜੀ ਹੋ ਕੇ, ਨਾ ਕੋਈ ਪਾਣੀ ਪੁੱਛਣ ਵਾਲਾ, ਨਾ ਕੋਈ ਬੋਲਣ ਵਾਲਾ, ਨਾ ਕੋਈ ਬੁਲਾਉਣ ਵਾਲਾ। ਨਾ ਪੁੱਛੇ, ਮੈਂ ਆਪੇ ਬਥੇਰਾ ਪਾਣੀ ਚੱਕ ਕੇ ਪੀ ਲਊਂਗੀ,
ਜਦੋਂ ਇਹ ਨਹੀਂ ਸੀ ਤਾਂ ਉਦੋਂ ਮੈਂ ਘਰ ਦਾ ਕੰਮ ਨਹੀਂ ਸੀ ਕਰਦੀ, ਮੈਨੂੰ ਰੋਟੀ ਨਹੀਂ ਸੀ ਮਿਲਦੀ ਕਿ ਪਾਣੀ ਨਹੀਂ ਸੀ ਮਿਲਦਾ। ਚੱਲਦੇ ਆ ਹਜੇ ਮੇਰੇ ਹੱਡ ਪੈਰ। ਜਦ ਖੜ ਗਏ ਫੇਰ? ਤੂੰ ਕਿਤੇ ਸੁੱਖ ਸੁੱਖ ਲੈ ਵੀ ਜਿਹੜੇ ਮੇਰੇ ਹੱਡ ਪੈਰ ਚੱਲਦੇ ਆ ਖੜ ਜਾਣ, ਆਹੀ ਕੁਛ ਕਰ ਸਕਦਾ, ਹੋਰ ਤਾਂ ਤੇਰੇ ਪੱਲੇ ਕੁਛ ਹੈ ਨਹੀਂ। ਮੇਰਾ ਸਾਥ ਤਾਂ ਕੀ ਦੇਣਾ, ਬੋਟੀਆਂ ਤੇ ਮੁੰਡਿਆਂ ਦੀ ਮੇਰ ਕਰਦਾ। ਤੈਨੂੰ ਵੀ ਕਿਤੇ ਨਹੀਂ ਮੈਡਲ ਪਾਉਣ ਲੱਗੇ। ਉਹ ਮੈਂ ਬੁਢਾਪੇ ਦੀ ਗੱਲ ਕਰਦਾ, ਬੁਢਾਪਾ ਤਾਂ ਆਉਣਾ ਹੀ ਆ, ਕੁਦਰਤ ਦਾ ਨਿਯਮ ਹੈ, ਤਾਂ ਫਿਰ ਤਾਂ ਖੜਨਗੇ ਨਾ, ਫਿਰ ਤਾਂ ਹੋਰਾਂ ਦੇ ਹੱਥਾਂ ਨਹੀਂ ਦੇਖਣਾ ਪਊ। ਨਾਲੇ ਮੈਨੂੰ ਇਹ ਦੱਸ, ਉਹ ਬੇਅੰਤ ਭੈਣ ਕੀ ਸੋਚਦੀ ਹੋਊ? ਉਹ ਇੰਨੇ ਸਾਲਾਂ ਬਾਅਦ ਘਰ ਆਈ ਆ, ਇਹ ਉਹਦਾ ਤਾਂ ਲਿਹਾਜ਼ ਰੱਖ ਲੈਂਦੀ ਘੱਟੋ ਘੱਟ। ਉਹ ਜਿਹੜੀ ਪਕਾਈ ਮਾਰਨੀ ਤੀ ਉਹਦੇ ਜਾਣ ਤੋਂ ਬਾਅਦ ਮਾਰ ਲੈਂਦੀ, ਕੀ ਸੋਚੂਗੀ ਉਹ? ਚੱਲ ਚੰਗਾ ਵੀਰੇ, ਅਸੀਂ ਚੱਲਦੇ ਹਾਂ। ਅਸੀਂ ਤਾਂ ਆਏ ਸੀ ਵੀ ਤੁਹਾਡੀ ਖੁਸ਼ੀ 'ਚ ਸ਼ਾਮਿਲ ਹੋਵਾਂਗੇ, ਪਰ ਅੱਗੇ ਮਾਹੌਲ ਹੀ ਕੁਛ ਹੋਰ ਹੋਇਆ ਪਿਆ। ਉਹ ਨਹੀਂ ਨਹੀਂ, ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ, ਰੌਲਾ ਤਾਂ ਨਾ ਨੂੰਹਾਂ ਸੱਸਾਂ ਦਾ। ਤੈਨੂੰ ਕਿਸੇ ਨੇ ਚੰਗਾ ਮਾੜਾ ਬੋਲਿਆ? ਸਾਲਾ ਸਾਹਿਬ, ਅੱਜ ਤਾਂ ਨਾ ਬੇਇੱਜ਼ਤੀ ਮੰਨ ਗਏ, ਅਸੀਂ ਤਾਂ ਆਏ ਸੀ ਤੁਹਾਡੀਆਂ ਖੁਸ਼ੀਆਂ 'ਚ ਸ਼ਾਮਿਲ ਹੋਣ ਲਈ, ਅੱਗੇ ਤੁਸੀਂ ਆ ਹੋਰ ਹੀ ਬਖੇੜਾ ਖੜਾ ਕਰਕੇ ਖੜ ਗਏ, ਰਿਸ਼ਤੇਦਾਰ ਤਾਂ ਫਿਰ ਸੋਚੂਗਾ ਹੀ। ਭਾਅ ਜੀ, ਤੁਹਾਡੇ ਨਾਲ ਤਾਂ ਸਾਡੀ ਕੋਈ ਗੱਲਬਾਤ ਹੀ ਨਹੀਂ। ਬੇਅੰਤ, ਬੀਬੀ ਨਣ ਦੇ, ਤੂੰ ਵੀ ਨਾ ਕੋਈ ਗੱਲ ਦਿਲ 'ਤੇ ਨਾ ਲਾਈ, ਤੁਸੀਂ ਬੈਠੋ ਆਰਾਮ ਨਾਲ ਚਲੇ ਜਾਇਓ, ਹਜੇ ਤਾਂ ਅਸੀਂ ਤੁਹਾਡਾ ਸ਼ਗਨ ਵਿਹਾਰ ਵੀ ਕਰਨਾ, ਐਂ ਥੋੜ੍ਹੀ ਤੋਰ ਦੇਣਾ ਤੁਹਾਨੂੰ, ਇੰਨੇ ਟਾਈਮ ਬਾਅਦ ਤਾਂ ਆਏ ਹੋ, ਤੁਸੀਂ ਬੈਠੋ ਦੋਏ ਜਾਣੇ। ਚੱਲ ਚੰਗਾ ਭਾਬੀ, ਪਰ ਭਾਬੀ ਮੈਨੂੰ ਆ ਲੜਾਈ ਝਗੜਾ ਇਹ ਚੰਗਾ ਨਹੀਂ ਲੱਗਦਾ। ਉਹ ਕੋਈ ਨਾ ਭੈਣੇ, ਤੂੰ ਬੈਠ ਜਾ ਕੇ, ਮੈਂ ਤਾਂ ਤੇਰੇ ਭਾਬੀ ਨੂੰ ਸਮਝਾ ਰਹੀ, ਅਸੀਂ ਤਾਂ ਘਰ ਦੀ ਗੱਲ ਕਰਦੇ ਮਾੜੀ ਜੀ। ਉਹ ਪਟਵਾਰੀ ਸਾਹਿਬ, ਚੱਲ ਬੈਠ ਉੱਧਰ ਜਾ ਕੇ, ਇੰਨੇ ਸਾਲਾਂ ਬਾਅਦ ਆਇਓ, ਫਿਰ ਵਗ ਜਾਓ, ਚਲੋ ਬਿਠਾਇਆ ਭੈਣ ਨੂੰ। ਚੱਲ ਪਟਵਾਰੀ ਸਾਹਿਬ, ਆ ਐਨਕਾਂ ਹੀ ਤਾਂ ਲਾ ਦਿਆ ਕਰ, ਤੂੰ ਵੱਖਰਾ ਹੀ ਪਟਵਾਰੀ ਬਣ ਕੇ ਫਿਰੀ ਜਾਂਦਾ। ਬੇਅੰਤ, ਆ ਦੇਖ ਤੂੰ ਜੱਗੇ ਦੇ ਵਿਆਹ 'ਤੇ ਵੀ ਨਹੀਂ ਆਈ, ਗੁੱਸੇ ਗਿੱਲੇ ਤਾਂ ਘਰਾਂ 'ਚ ਚੱਲਦੇ ਹੀ ਰਹਿੰਦੇ ਨੇ। ਆ ਲੈ ਫੜ 10,000 ਰੁਪਈਆ, ਕੱਪੜਾ ਲੀੜਾ ਅਸੀਂ ਤਾਂ ਨਹੀਂ ਦਿੱਤਾ ਵੀ ਆਪਣੀ ਪਸੰਦ ਦਾ ਲੈ ਲੈਣਗੇ। ਇਹਦੀ ਕੀ ਲੋੜ ਸੀ? ਉਹ ਰੱਖ ਲਾ ਭਾਈ, ਕੁੜੀਆਂ ਨੂੰ ਦਏ ਤੋਂ ਕੁਛ ਨਹੀਂ ਘੱਟਦਾ ਹੁੰਦਾ। ਤੈਨੂੰ ਹੋਰ ਕੋਈ ਸ਼ਿਕਾਇਤ ਤਾਂ ਨਹੀਂ? ਸ਼ਿਕਾਇਤਾਂ ਤਾਂ ਬਹੁਤ ਨੇ ਜ਼ਿੰਦਗੀ ਤੋਂ ਵੀਰੇ, ਪਰ ਤੁਹਾਨੂੰ ਕਦੇ ਕੁਛ ਨਹੀਂ ਕਹੂੰਗੀ ਮੈਂ। ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਪਰ ਮਿਲਣਾ ਤਾਂ ਉਹੀ ਹੈ ਜੋ ਕਿਸਮਤ 'ਚ ਲਿਖਿਆ। ਤੁਸੀਂ ਤਾਂ ਚੰਗਾ ਹੀ ਕਰਿਆ ਸੀ ਆਪਣੇ ਵੱਲੋਂ, ਬਸ ਮੇਰੀ ਕਰਮ ਇਹੋ ਜਿਹੀ ਸੀ। ਉਹ ਚੱਲ ਕੋਈ ਨਾ ਭਾਈ, ਜ਼ਿੰਦਗੀ ਜਾ ਕੁਛ ਚੱਲਦੀ ਰਹਿੰਦਾ, ਭੈਣ ਭਾਈ ਦੀ ਆਪਸ 'ਚ ਬਣੀ ਰਹੇ, ਇਹੀ ਬਥੇਰਾ ਆਪਣੇ ਵਾਤੇ। ਤੇਜੋ ਭੈਣ ਨੇ ਝੂਠ ਬੋਲ ਕੇ ਮੇਰਾ ਰਿਸ਼ਤਾ ਕਰਵਾ ਤਾ, ਵੀ ਮੁੰਡਾ ਪਟਵਾਰੀ ਲੱਗਿਆ, ਇਹ ਤਾਂ ਬਾਅਦ 'ਚ ਹੀ ਪਤਾ ਲੱਗਿਆ ਵੀ ਪਟਵਾਰੀ ਨਹੀਂ ਆ ਚਪੜਾਸੀ ਲੱਗਿਆ। ਇਹ ਰਿਸ਼ਤੇਦਾਰੀਆਂ ਨਾ ਆਉਣ ਜਾਣ ਨਾਲ ਬਣਦੀਆਂ ਨੇ, ਜੇ ਆਪਾਂ ਟੁੱਟ ਕੇ ਬਹਿ ਜਾਂਗੇ ਫਿਰ ਕੌਣ ਜਾਊ ਕਿਸੇ ਦੇ, ਕਿਉਂ ਪਰਾਉਣੇ? ਸਾਲਾ ਸਾਹਿਬ, ਰਿਸ਼ਤੇਦਾਰ ਤਾਂ ਉੱਥੇ ਜਾ ਕੇ ਖੁਸ਼ ਹੈ ਜਿੱਥੇ 4 ਸਿਲੜ ਮਿਲਦੇ ਹੋਣ, ਮਾਤਣਾ ਕੋਲੇ ਆ ਕੇ ਕੀ ਕਰੂਗਾ ਅਗਲਾ, ਦੇਖ ਕੀ ਨਾ ਦੂਰੋਂ ਪਾਸਾ ਵੱਟ ਲੈਂਦਾ ਅਗਲਾ, ਵੀ ਉਹ ਤਾਂ ਨੰਗ ਭੁੱਖ ਨੇ ਵੀ ਸਾਤੋਂ ਕੁਛ ਮੰਗੀ ਨਾ ਲੈਣ। ਤੁਸੀਂ ਸਹੀ ਕਹਿੰਦੇ ਫੁੱਫੜ ਜੀ, ਅੱਜ ਕੱਲ੍ਹ ਤਾਂ ਮਤਲਬ ਹੀ ਰਿਸ਼ਤੇਦਾਰ ਨੇ।
ਜਿੰਨਾ ਟਾਈਮ ਤਾਂ ਬੰਦੇ ਤੱਕ ਮਤਲਬ ਆ ਉਨਾ ਟਾਈਮ ਤਾਂ ਬਥੇਰਾ ਜੀ ਜੀ ਕਰਦੇ ਆ, ਜਦੋਂ ਮਤਲਬ ਨਿਕਲ ਗਿਆ ਫਿਰ ਤੂੰ ਕੌਣ ਮੈਂ ਕੌਣ। ਜੱਗੇ ਪੁੱਤ ਤੂੰ ਸਾਰਿਆਂ ਨੂੰ ਇੱਕੋ ਬੱਟੇ ਨਾ ਤੋਲ, ਬਿਨਾਂ ਮਤਲਬ ਤੋਂ ਵੀ ਬਹੁਤ ਰਿਸ਼ਤੇ ਨੇ ਜਿਹੜੇ ਰਿਸ਼ਤੇਦਾਰੀਆਂ ਨਿਭਾਉਂਦੇ ਨੇ, ਜਿਵੇਂ ਅਸੀਂ ਨਿਭਾਉਂਦੇ ਹਾਂ ਤੇਰੀ ਭੂਆ ਨਾਲ। ਕਿਉਂ ਬੇਅੰਤ, ਸਾਨੂੰ ਕਿਹੜਾ ਕੋਈ ਲਾਲਚਾ ਤੇਰੇ ਤੋਂ। ਭਾਬੀ ਜੇ ਤੁਸੀਂ ਆਪ ਵਧੀਆ ਹੋ ਨਾ ਤਾਂ ਸਾਰੀ ਵਧੀਆ ਨੇ। ਚੱਲ ਚੰਗਾ ਭਾਬੀ, ਅਸੀਂ ਚੱਲਦੇ ਹਾਂ, ਹੁਣ ਚੰਨੋ ਦੇ ਜਵਾਕ ਹੋਏ ਤੇ ਆਵਾਂਗੇ। ਜੇ ਤੁਹਾਡਾ ਟਾਈਮ ਲੱਗਿਆ ਤਾਂ ਤੁਸੀਂ ਜ਼ਰੂਰ ਮਾਰਿਓ ਗੇੜਾ। ਐਸੀ ਗੱਲ ਨਹੀਂ ਭਾਈ, ਜ਼ਰੂਰ ਆਵਾਂਗੇ ਅਸੀਂ। ਲੈ ਵੀ ਪ੍ਰਾਹੁਣਾ ਦੇਖ ਕੇ ਚਲਾਈ, ਇਹਨੂੰ ਹੋਰ ਤਾਂ ਨਹੀਂ ਪਿਆਦੀ। ਉਹ ਨਹੀਂ ਨਹੀਂ ਬਾਪੂ, ਹੁਣ ਨਹੀਂ ਲਵਾਈ, ਹੁਣ ਤਾਂ ਸੋਫੀ ਆ ਜਾਵਾਂ। ਠੀਕ ਆ ਫਿਰ ਤਾਂ, ਮੈਨੂੰ ਪਤਾ ਨਾ ਫੁੱਫੜ ਨੇ ਮੋਟਰਸਾਈਕਲ ਚਲਾਉਣਾ ਤਾਂ ਨਹੀਂ ਲਵਾਈ। ਚੱਲ ਚੰਗਾ ਭਾਬੀ। ਚੱਲ ਚੰਗਾ ਵੀਰੇ। ਚੱਲ ਚੰਗਾ ਭਾਈ। ਚੰਗਾ ਜੱਗੇ, ਮਾਰਿਓ ਗੇੜਾ ਹੈ। ਠੀਕ ਹੈ। ਚੰਗਾ ਫੁੱਫੜਾ, ਮੋਟਰਸਾਈਕਲ ਹੌਲੀ ਚਲਾਈ। ਉਹ ਸੈਲਫ ਸਟਾਰਟ ਆ ਇਹ, ਤੂੰ ਕੱਕਾ ਮਾਰੀ ਜਾਂਦਾ। ਆਹੀ ਕੁਛ ਇਹ ਹਰ ਰੋਜ਼ ਹੀ ਕਰਦਾ ਹੈਗਾ। ਭੁੱਲ ਜਾਂਦਾ ਭੁੱਲ ਜਾਂਦਾ। ਬੜਾ ਮਜ਼ਾਕ ਹੀ ਆ ਫੁੱਫੜ, ਫੁੱਫੜ ਨੂੰ ਮਜ਼ਾਕ ਕੀਤਾ ਨਾ ਮਹਿੰਗਾ ਪੈਂਦਾ ਹੁੰਦਾ। ਚੰਗਾ ਚੰਗਾ ਲੰਘ ਜਾ ਫਿਰ। ਚੱਲ ਬਹਿ ਜਾ ਹੱਥ ਜਾ ਪਾ ਕੇ। ਬੜਾ ਮਜ਼ਾਕ ਹੈ ਫੁੱਫੜ ਦਾ ਬਾਪੂ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਸੀਂ ਭੂਆ ਦਾ ਰਿਸ਼ਤਾ ਇਹਨੂੰ ਕਿਵੇਂ ਕਰਤਾ।